ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਮਿੱਜਰ ਹੈਗਾ ਤੇ ਮੈਂ ਪੰਡੋਰੀ ਮਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੇ ਵੀ ਬੰਦੇ, ਬ੍ਰਹਮ ਕੇ ਬੇਟੇ ਨੀ ਬੰਦੇ, ਪੱਕੇ ਪਿਓ ਦੀ ਸੁਰਤ ਨੀ ਆ ਸਕਦੀ ਤੁਹਾਨੂੰ। ਜੇ ਤੁਹਾਨੂੰ ਕੱਚੇ ਪਿਓ ਦੀ ਸੁਰਤ ਨੀ ਤਾਂ ਪੱਕੇ ਦੀ ਕਿੱਦਾਂ ਪਾਲੋਗੇ? ਜਿਹੜਾ ਦਿਸਦਾ ਹੈਗਾ ਉਹਦੀ ਨੀ ਸੁਰਤ, ਜਿਹੜਾ ਨਹੀਂ ਦਿਸਦਾ ਉਹਦੀ ਕਿੱਦਾਂ ਪਾ ਜਾਵੇ? ਇਸ ਲਈ ਆਪਣਾ ਪਿਓ ਨਾ ਛੱਡੋ। ਆਪਣੇ ਹਰ ਇੱਕ ਭਗਤ ਨੇ ਆਪਣੀ ਜਾਤ ਦੱਸੀ, ਭਗਤ ਕਬੀਰ ਦੀ ਜੁਲਾਹਾ, ਰਵਿਦਾਸ ਦੀ ਚਮਾਰ, ਧੰਨਾ ਭਗਤ ਜੱਟ। ਇਹ ਬੀਜ ਹੈਗਾ, ਇਹ ਬੀਜੋਗੇ ਤਾਂ ਪੌਦਾ ਨਿਕਲੇਗਾ ਵਿੱਚੋਂ। ਪੌਦੇ ਨੇ ਫਲ ਲਿਆਉਣਾ ਹੈਗਾ, ਉਹ ਪੌਦੇ ਨੂੰ ਕਹਿੰਦੇ ਦਬੀਜਾ। ਬੀਜ ਜਿਹੜਾ ਅਕੀਜਾ ਹੈਗਾ, ਬੀਜ ਜਿਹੜਾ ਹੈਗਾ ਪਸ਼ੂ ਦੀ ਤਰ੍ਹਾਂ ਆਦਮੀ ਆਉਂਦਾ ਹੈਗਾ, ਖਾ ਪੀ ਕੇ ਚਰ ਚੁਰ ਕੇ ਤਾਂ ਆਦਮੀ ਮਰ ਚਾ ਕੇ ਤੇ ਜ਼ਿੰਦਗੀ ਕਰ ਲੈਂਦਾ ਖਰਾਬ। ਜਿਹੜਾ ਹੈਗਾ ਆਦਮੀ ਦਾ ਜਨਮ ਹੈਗਾ ਦੁਰਲੱਭ ਹੈਗਾ। ਇਹਦੇ ਜੇ ਤੁਹਾਨੂੰ ਮੁਕਤੀ ਪਾਉਣ ਦੀ ਮਿਲ ਜਾਂਦੀ ਹੈਗੀ, ਇੱਕ ਬਰਾ ਇੱਕ ਆਪਣੇ ਤੁਹਾਨੂੰ ਮੌਕਾ ਮਿਲ ਜਾਂਦਾ ਹੈਗਾ। ਤੇ ਇਸ ਨੂੰ ਮੁਕਤੀ ਪਾਉਣਾ ਬਹੁਤ ਸੌਖਾ ਹੈਗਾ, ਕਿਉਂ ਜਿਹੜਾ ਉਹਦਾ ਨਾਮ ਹੈਗਾ ਉਹ ਔਖਾ ਹੈ ਨੀ ਗਾ। ਹੁਣ 1984 ਚ ਘੋਲੂ ਕਰਾਰਾ ਹੋਇਆ, 1947 ਚ ਹੋਇਆ। ਮੇਰੇ ਫਾਦਰ ਉਦੋਂ ਇੰਸਪੈਕਟਰ ਸਕੂਲਾਂ ਦੇ ਹੁੰਦੇ ਸੀ 1940 ਦੇ ਕਰੀਬ, ਤੇ ਉਹਨਾਂ ਨੂੰ ਡਿਮੋਟ ਕਰ ਦਿੱਤਾ। ਫਿਰ ਤੋਂ ਰਿਸ਼ਵਤ ਨਹੀਂ ਦਿੰਦਾ ਅਫਸਰਾਂ ਨੂੰ, ਤੇ ਉਹ ਨਾ ਰਿਸ਼ਵਤ ਲੈਂਦੇ ਸੀ ਨਾ ਦਿੰਦੇ ਸੀ। ਤੇ ਉਹਨਾਂ ਨੂੰ ਟੀਚਿੰਗ ਲਾਈਨ ਚ ਪਾ ਦਿੱਤਾ ਮਿੰਟ ਗੁਮਰੀ ਸਾਹਿਬਾਨ। ਤੇ ਗਰਮੀਆਂ ਦੀਆਂ ਛੁੱਟੀਆਂ ਸੀ, ਆਪਣੇ ਪਿੰਡ ਚਲੇ ਗਏ, ਉੱਥੇ ਧਨੁਆਣਾ 91 RB ਸ਼ਾਹਕੋਟ ਕੋਲ, ਤੇ ਉਹਦਾ ਫਿਰ ਰੌਲਾ ਪੈ ਗਿਆ ਅਗਸਤ ਤੇ ਸਪਟੰਬਰ ਚ। ਤੇ ਮੇਰੇ ਫਾਦਰ ਉੱਥੇ ਨਾਲ ਦਾ ਪਿੰਡ ਸੀ ਨਕੋਦਰ ਅਰਾਈਆਂ ਦਾ, ਉਹਨੂੰ ਮਰਾਸੀ ਆਪਣੇ ਨੂੰ ਨਾਲ ਲੈ ਕੇ ਤਾਂ ਉਹਦੇ ਕੋਲ ਉੱਥੇ ਗਏ। ਉਹਨਾਂ ਨੂੰ ਦੱਸਿਆ ਵੀ ਅਸੀਂ ਜੱਟਾਂ ਨੇ ਮਰਨਾ, ਤੁਸੀਂ ਅਰਾਈਆਂ ਨੇ, ਇਹ ਜਿਹੜਾ ਬਾਪ ਹੈਗੇ ਲੋਕੀ ਇਹ ਕੌਮਾਂ ਦੇ ਹੈਗੇ ਨੇ। ਮਸੀਤ ਚ ਆਦਮੀ ਹੁੰਦਾ ਮੁਸਲਮਾਨ ਜਾਂ ਸਿੱਖ ਹੁੰਦਾ ਜਾਂ ਗੁਰਦੁਆਰੇ ਚ, ਬਾਹਰ ਨਹੀਂ ਹੁੰਦਾ। ਕਿਹਾ ਉਹਨੂੰ ਸਾਡਾ ਜਿਹੜਾ ਚੌਧਰੀ ਹੈਗਾ ਸਿਕੰਦਰ ਹਜਾਦ ਚੌਹਾਨਾ, ਉਹ ਸਾਡਾ ਜੱਟ ਭਰਾ ਹੈਗਾ, ਤੇ ਜੇ ਨਹੀਂ ਉਹਨੂੰ ਫਿਰ ਘਸੀਟ ਕੇ ਲੈ ਜਾ ਕਰੋ ਮਸੀਤੇ, ਪਰ ਬਾਹਰ ਉਹ ਸਾਡਾ ਜੱਟ ਭਰਾ ਹੈਗਾ। ਇਹੋ ਚੌਧਰੀ ਛੋਟੂ ਰਾਮ ਕਹਿ ਗਿਆ ਹੈਗਾ ਕਿ ਮਤਲਬ ਇੱਕ ਕਮੀਜ਼ ਹੈਗੀ, ਆਹ ਜਿਹੜਾ ਜਿਸਮ ਨਹੀਂ ਬਦਲਦਾ, ਜਿਸਮ ਸਾਡਾ ਜੱਟ ਹੈਗਾ, ਸਿਰਫ ਜੱਟ। ਜੇ ਕੋਈ ਹਿੰਦੂ ਜੱਟ ਕਹੇ, ਸਿੱਖ ਜੱਟ ਕਹੇ, ਮੁਸਲਮਾਨ ਜੱਟ ਕਹੇ, ਉਹ ਤਫਰਕਾ ਪਾ ਕੇ ਆਪਸ ਵਿੱਚ ਲੜੇ ਫਿਰ, ਤੇ ਜੇ ਇਕੱਠੇ ਹੋਣਾ ਹੈਗਾ ਤੇ ਸਿਰਫ ਜੱਟ ਕੌਮ ਹੈਗੀ ਸਾਡੀ। ਜਿਹੜਾ ਮਜ਼ਹਬ ਹੈਗਾ ਦਿਲ ਦਾ ਹੁੰਦਾ, ਜਿਸਮ ਦਾ ਨਹੀਂ ਹੁੰਦਾ। ਤੇ ਇੱਥੇ ਮੈਂ ਦੱਸਣ ਲੱਗਾ ਇਹ ਖੱਤਰੀਆਂ ਦਾ ਯੁੱਗ ਹੈਗਾ, ਕਲ ਯੁੱਗ। ਇਹ ਹੈਗੇ ਨੇ ਬਾਦਸ਼ਾਹ ਤੇ ਸ਼ਹਿਨਸ਼ਾਹ ਸ਼ੈਤਾਨ, ਜਿਹੜੇ ਜੁੱਡਾ ਟ੍ਰਾਈਬ ਦੇ ਲੋਕ ਸੀਗੇ ਮਿਡਲ ਈਸਟ ਵਿੱਚ, ਜਿੱਥੇ ਪਹਿਲਾ ਸਤਿਗੁਰੂ ਆਇਆ ਜੀਜ਼ਸ, ਜਿਹਨੂੰ ਕ੍ਰਾਈਸਟ ਕਹੀਦਾ ਹੈਗਾ, ਉਹ ਹੈਗੇ ਜੁੱਡਾ ਟ੍ਰਾਈਬ ਦੇ ਲੋਕ ਸ਼ੈਤਾਨ। ਕਿੰਗ ਡੇਵਿਡ ਜੁੱਡਾ ਟ੍ਰਾਈਬ ਦਾ ਸੀਗਾ, ਉਦੋਂ ਇਹ ਦੇਵਤਾ ਸੀਗੇ। ਕਲ ਯੁੱਗ ਵਿੱਚ ਇਹ ਆਪਣੀ ਭਾਖਿਆ ਬਦਲ ਕੇ ਇੱਕ ਨੰਬਰ ਦੇ ਚਤਰ ਚਲਾਕ ਤੇ ਲੁਟੇਰੇ ਬਣ ਜਾਂਦੇ ਸੀ ਗਰੀਬੀ। ਤੇ ਏਦਾਂ ਹੀ ਹੈਗਾ ਆਪਣੇ ਜਿਹੜੇ ਖੱਤਰੀ ਸੀਗੇ, ਰਾਮ ਚੰਦਰ ਜੀ ਖੱਤਰੀ ਸਨ, ਉਸ ਤ੍ਰੇਤੇ ਯੁੱਗ ਵਿੱਚ ਖੱਤਰੀ ਦੇਵਤਾ ਹੁੰਦੇ ਸੀਗੇ, ਕਲ ਯੁੱਗ ਵਿੱਚ ਆਪਣੀ ਭਾਖਿਆ ਬਣ ਕੇ ਇਹ ਸ਼ੈਤਾਨ ਬਣ ਜਾਂਦੇ। ਇਹਨਾਂ ਕੋਲ ਇਲਮ ਹੁੰਦਾ, ਪੜ੍ਹੇ ਲਿਖੇ ਹੁੰਦੇ ਨੇ, ਤੇ ਇਹ ਛੇਤੀ ਕਿਤਾਬਾਂ ਕਤੂਬਾਂ ਪੜ੍ਹ ਕੇ ਤੇ ਆਪਣੀਆਂ ਮੁੱਲਾਂ ਬਣ ਗਏ, ਕੁਛ ਬਣ ਗਏ। ਪਹਿਲਾਂ ਤਾਂ ਇਹਨਾਂ ਨੇ ਜਦੋਂ ਪੜ੍ਹੇ ਲਿਖੇ ਸੀਗੇ ਤਾਂ ਆਪਣੇ ਆਪ ਨੂੰ ਇਹਨਾਂ ਨੇ ਸ਼ੇਖ ਕਰਵਾਉਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਲੱਖ ਜਸੂ ਦਾ ਕੁਛ ਨਾ ਬਣੇ, ਉਹਦਾ ਬਣੇ ਠੇਸ, ਜਿਹਦੀ ਕੋਈ ਜਾਤ ਨਾ ਉਹ ਸ਼ੇਖ। ਫਿਰ ਕਹਿ ਦਿੱਤਾ ਸ਼ੇਖ ਔਰ ਸ਼ੈਤਾਨ ਦਾ ਰੁਤਬਾ ਏਕ ਹੈ, ਸ਼ੈਤਾਨ ਹੁੰਦਾ ਜਿਹੜਾ ਕੰਜਰੀ ਦੇ ਪੇਟ 'ਚ ਪੈਦਾ ਹੋਵੇ, ਹਰਾਮੀ, ਜਿਹਨੂੰ ਕਹਿੰਦੇ ਅਲਜਮਰ ਅਲ ਦੁਨੀਆ। ਪਰ ਸ਼ੈਤਾਨ ਸ਼ੇਖ ਸੇ ਕਦਰ ਲੇਖ ਹੈ। ਸ਼ੈਤਾਨ ਜਿਹੜਾ ਸੀਗਾ
ਬਿੱਦਰ ਜਿਹੜਾ ਸੀਗਾ ਭਗਤ ਉਹ ਇੱਕ ਦਾਸਨ ਦੇ ਪੇਟ ਚ ਪੈਦਾ ਹੋਇਆ ਸੀ। ਉਹਨੇ ਆਪਣੀ ਜ਼ਿੰਦਗੀ ਸਾਰੀ ਭਗਤੀ ਚ ਲਾ ਕੇ ਤੇ ਇੱਕ ਵੱਡਾ ਭਗਤ ਬਣ ਗਿਆ ਜਿਹੜਾ ਹੈਗਾ ਖੱਤਰੀ ਹੈਗਾ ਜਿਹਨਾਂ ਨੇ ਆਪਣੇ ਪੈਦਾ ਹੋਇਆ ਆਪਣੇ ਪਿਓ ਦੇ ਘਰ ਤੇ ਪਿਓ ਬਦਲ ਲਿਆ ਉਹ ਸ਼ੈਤਾਨ ਦਾ ਪੁੱਤਰ ਬਣ ਕੇ ਇੱਕ ਨੰਬਰ ਦਾ ਉਹਨੇ ਸ਼ੈਤਾਨੀਆਂ ਕੀਤੀਆਂ। ਇੰਨਾ ਹੀ ਜੱਟ ਜਿਹੜੇ ਹੈਗੇ ਨੇ ਜਦੋਂ ਸਿੱਖ ਜੱਟ ਬਣ ਜਾਂਦੇ ਮੁਸਲਮਾਨ ਜੱਟ ਬਣ ਜਾਂਦੇ ਆਪਣੀ ਕੌਮ ਛੱਡ ਕੇ ਇਹ ਸ਼ੈਤਾਨਾਂ ਦੇ ਪੁੱਤਰ ਬਣ ਜਾਂਦੇ ਨੇ ਤੇ ਇਸੇ ਕਰਕੇ 1947 'ਚ ਇਹਨਾਂ ਨੇ ਇੱਕ ਦੂਜੇ ਨੂੰ ਮਾਰਿਆ। ਮੇਰੇ ਫਾਦਰ ਉਹਨੂੰ ਕਾਫ਼ੀ ਕਹਿੰਦੇ ਸੀ ਵੀ ਤੁਸੀਂ ਜਿਹੜਾ ਘਰ ਹੈਗਾ ਬਾਲ ਬੱਚੇ ਹੈਗੇ ਨੇ ਜ਼ਮੀਨ ਹੈਗੀ ਉਹ ਜੱਟ ਦੀ ਹੈਗੀ ਸਿੱਖ ਦੀ ਨਹੀਂ ਹੈਗੀ। ਸਿੱਖ ਦੇ ਗੁਰਦੁਆਰੇ ਹੁੰਦੇ ਨੇ ਆਪਣੀ ਕੌਮ ਨਾ ਬਦਲੋ ਜੱਟ ਕੌਮ ਹੈਗੀ ਤੁਹਾਡੀ ਤੇ ਕੋਈ ਨਹੀਂ ਸੀ ਸੁਣਦਾ। ਉੱਥੇ ਗੁਰਦੁਆਰੇ ਜਾਂਦੇ ਸੀ ਤਾਂ ਸਿੱਖ ਕੌਮ ਦਾ ਪ੍ਰਚਾਰ ਹੁੰਦਾ ਜਦ ਕਿ ਜਿੱਦਾਂ ਅੱਜ ਹੋ ਰਿਹਾ ਹੈਗਾ। ਅੱਜ ਜਦੋਂ ਕੋਰੀਡੋਰ ਖੁੱਲਿਆ ਹੈਗਾ ਤਾਂ ਨਵਜੋਤ ਸਿੱਧੂ ਸਿੱਧੂ ਜੱਟਾਂ ਦਾ ਗੋਤ ਹੈਗਾ ਕੌਮ ਜੱਟ ਹੈਗੀ ਉੱਥੇ ਸਿੱਖ ਕੌਮ ਦਾ ਪ੍ਰਚਾਰ ਕਰਕੇ ਕਿ ਸਾਡੀ ਮੇਰੀ ਕੌਮ ਸਿੱਖ ਹੈਗੀ ਆਪਣੀ ਕੌਮ ਛੱਡ ਕੇ ਪੱਕਾ ਹਰਾਮੀ ਬਣ ਗਿਆ। ਇੱਦਾਂ ਦੇ ਜਿਹੜੇ ਹੈਗੇ ਨਾ ਲੋਕ ਇਹ ਤਫਰਕਾ ਪਾਉਂਦੇ ਨੇ ਸਾਡੇ 'ਚ ਅਤੇ ਸਾਨੂੰ ਫਿਰ ਆਪਸ ਵਿੱਚ ਲੜਾਉਂਦੇ ਨੇ ਅਤੇ ਇਹ ਗਿਆਨ ਜਿਹੜਾ ਹੈਗਾ ਇਹ ਆਮ ਪਿੰਡਾਂ ਦੇ ਲੋਕਾਂ ਲਈ ਹੈਗਾ। ਯਾਨੀ ਕਿ ਜੱਟ ਪੈਦਾ ਹੋਇਆ ਜੱਟ ਹੀ ਮਰੇਗਾ। ਜਦੋਂ ਉੱਥੇ ਸੀਗੇ ਅਸੀਂ ਪਿੰਡ ਆਪਣੇ ਧਨੂਆਂ ਨੇ 91 ਅਰਬੀ ਅਤੇ 82 ਨੇ ਉਹਨਾਂ ਨੂੰ ਚੱਕ ਦਿੱਤਾ ਰਾਈਆਂ ਨੂੰ ਕਿ ਤੁਹਾਡੇ 'ਤੇ ਹਮਲਾ ਕਰਨ ਲਈ ਜੀ ਅਸੀਂ ਆਦਮੀ ਇਕੱਠੀ ਕੀਤੇ ਹੋਏ ਨੇ 82 ਨਮਕ ਹਰਾਮੀ ਹੈਗਾ ਵੀ ਇਹ ਉੱਠਣਗੇ ਅਤੇ ਅਸੀਂ ਇਹਦਾ ਮਾਲ ਲੁੱਟਾਂਗੇ। ਅਤੇ ਉਹ ਜ਼ਿਆਦਾਤਰ ਸੀਗਾ ਦਰੰਗ ਦਾ ਰਮਜ਼ਾਨ ਅਤੇ ਉਹ 2000 ਆਦਮੀ ਲੈ ਕੇ ਤਾਂ ਆ ਗਿਆ ਹਮਲਾ ਕਰਨ ਲਈ ਅਤੇ ਕੁਦਰਤੀ ਮੇਰਾ ਤਾਇਆ ਉਹਦਾ ਦੋਸਤ ਸੀਗਾ ਉਹਨੇ 82 ਨੂੰ ਸਾਡੇ ਘਰ ਘੱਲਿਆ 12 ਵਜੇ ਰਾਤ ਦੇ ਉਹਨੇ ਆ ਕੇ ਕੁੰਡਾ ਖੜਕਾਇਆ ਤੁਹਾਨੂੰ ਜੀ ਉਹ ਜ਼ਿਆਦਾਤਰ ਬੁਲਾਉਂਦਾ ਹੈਗਾ ਨਾਲ ਫਾਦਰ ਚਲੇ ਗਏ ਦੋਨੋਂ ਜਾਣੇ ਚਲੇ ਗਏ। ਜਦੋਂ ਉੱਥੇ ਫਾਦਰ ਨੇ ਦੱਸਿਆ ਨਾ ਅਸੀਂ ਜੱਟਾਂ ਨੇ ਮਰਨਾ ਤੁਸੀਂ ਅਰਾਈਆਂ ਨੇ ਮਰਨਾ ਨਾ ਸਿੱਖ ਪੈਦਾ ਹੋਇਆ ਨਾ ਮੁਸਲਮਾਨ ਪੈਦਾ ਹੋਇਆ ਇਹ ਰੂਹ ਹੈਗੀ ਜਿਸਮ ਨਹੀਂ ਹੈਗਾ ਜਿਸਮ ਸਾਡਾ ਜੱਟ ਹੈਗਾ ਚੌਧਰੀ ਛੋਟੂ ਰਾਮ ਜਿੱਦਾਂ ਕਿ ਜਿਹੜੀ ਮਜ਼ਹਬ ਹੈਗਾ ਇੱਕ ਕਮੀਜ਼ ਹੈਗੀ ਇਹਨੂੰ ਚਾਰ ਵਾਲੀ ਬਦਲੋ ਦੇਣੇ 'ਚ ਪਰ ਅੱਜ ਜਿਸਮ ਨਹੀਂ ਬਦਲਿਆ ਜਾਂਦਾ ਜਿਹੜੇ ਘਰ ਪੈਦਾ ਹੋਇਆ ਉਹ ਨਹੀਂ ਬਦਲਿਆ ਜੇ ਬਦਲੇਗਾ ਜਿੱਦਾਂ ਖੱਤਰੀਆਂ ਨੇ ਬਦਲਿਆ ਆਪਣੇ ਸ਼ੇਖ ਲਾਉਣ ਲੱਗੇ ਅਤੇ ਇਹ ਹਰਾਮੀ ਬਣ ਗਏ ਪੱਕੇ ਜਿਸ ਸੂਰ ਦਾ ਕੁਛ ਨਾ ਬਣੇ ਉਹਦਾ ਬਣੇ ਖੇਸ ਜਿਹੜੀ ਕੋਈ ਜਾਤ ਨਾ ਹੋ ਸ਼ੇਖ ਸ਼ੇਖ ਔਰ ਸ਼ੈਤਾਨ ਦਾ ਰੁਤਬਾ ਏਕ ਹੈ ਪਰ ਸ਼ੈਤਾਨ ਸ਼ੇਖ 'ਤੇ ਕਦਰੇ ਨੇਕ ਹੈ। ਇਹ ਆਪਣਾ ਜਿਹੜਾ ਨਾ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ ਇਹ ਆਪਣੇ ਜਿਹੜਾ ਅਸਲੀ ਜਿਹੜਾ ਹੈਗਾ ਨਾ ਇਹਨਾਂ ਦਾ ਗੋਤ ਸ਼ਿਜਰਾ ਉਹ ਲੁਕੋ ਕੇ ਰੱਖਦੇ ਨੇ ਅਤੇ ਉੱਪਰ ਨਾਲ ਆਪਣਾ ਜਿਹੜਾ ਲਾਉਂਦੇ ਨੇ ਬਾਹਰ ਉਹ ਲਾਉਂਦੇ ਨੇ ਕੋਈ ਜਾਫਰੀ ਲਾ ਲੈਂਦਾ ਕੋਈ ਅੰਸਾਰੀ ਲਾ ਲੈਂਦਾ ਕੋਈ ਕੁਛ ਲਾ ਲੈਂਦਾ। ਅਰਬ ਲੋਕਾਂ 'ਚ ਗਏ ਉਹਨਾਂ ਦੇ ਨਾਲ ਮਿਲਣ ਲਈ ਉਹਨਾਂ ਨੂੰ ਲੁੱਟਣ ਲਈ ਅਤੇ ਜਦੋਂ ਵਿਆਹ ਸ਼ਾਦੀ ਹੁੰਦੀ ਉਦੋਂ ਉਹ ਗੋਤ ਦੇਖਦੇ ਇੱਕ ਦੂਜੇ ਜੇ ਨਾ ਉਹਨਾਂ ਨੂੰ ਤਸੰਗੇ ਤਾਂ ਹੋਰ ਦੀ ਦੇਖਦੇ ਨੇ ਗੋਤ ਇੱਦਾਂ ਪੂਰੀ ਸ਼ਨਾਖਤ ਕਰਕੇ ਵਿਆਹ ਕਰਦੇ ਨੇ। ਇੱਕ ਜਾਫਰੀ ਸੀਗਾ ਆਪਣੇ ਗਾਣਾ ਸੀਗਾ ਲੈਕਚਰ ਉੱਥੇ ਸੀਗਾ ਉਹ ਜਾਫਰੀ ਇੱਕ ਇੰਜੀਨੀਅਰ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਅਤੇ ਉਹਨੇ ਸਾਨੂੰ ਦੱਸਿਆ ਵੀ ਅਸੀਂ ਇੱਦਾਂ ਨਹੀਂ ਸ਼ਾਦੀ ਕਰਦੇ ਅਸੀਂ ਤਾਂ ਪ੍ਰਚਾਰ ਪੂਰੀ ਕਰੀ ਦੀ ਫਿਰ ਅਸੀਂ ਸ਼ਾਦੀ ਕਰੀ ਦੀ ਹੈਗੀ ਯਾਨੀ ਕਿ ਲੋਕਾਂ ਨੂੰ ਅੱਖਾਂ 'ਚ ਧੂੰਆਂ ਦੇਣ ਲਈ ਖੱਤਰੀ ਜਿਹੜੇ ਨੇ ਇੱਕ ਦੂਜੇ ਨੂੰ ਪਛਾਣਦੇ ਨੇ ਛੱਜੜੇ ਦੇਖ ਕੇ ਅਤੇ ਇਹਨਾਂ ਨੇ ਜਿਹੜਾ ਹੁੰਦਾ ਨਾ ਵੱਡਾ ਸ਼ੈਤਾਨ ਜਿਹੜਾ ਮਜ਼ਹਬ ਦੇ ਨਾਂ 'ਤੇ ਲੜਾਉਂਦਾ ਹੁੰਦਾ ਉਹਦੇ ਜਿਹੜੇ ਹੁੰਦੇ ਨੇ ਕਾਮੇ ਉਹ ਹੁੰਦੇ ਅਨਪੜ੍ਹ ਬੁੱਧੂ ਬੁੱਧੂ ਲੋਕ ਉਹਨਾਂ ਨੂੰ ਫਿਰ ਉਹ ਮਜ਼ਹਬ ਦੀ ਚਾਬੀ ਦੇ ਕੇ ਰੰਗ ਚਾੜ ਕੇ ਅਤੇ ਉਹਨਾਂ ਦਾ ਪਹਾੜ ਬਣਾ ਲੈਂਦੇ ਨੇ
ਪਹਾੜ ਜਨੂਨੀਆਂ ਦਾ, ਉਹ ਫਿਰ ਤਬਾਹੀ ਕਰਦਾ ਆਉਂਦਾ ਹੈਗਾ। ਕ੍ਰਿਸ਼ਨ ਮਹਾਰਾਜ ਜੀ ਨੂੰ ਦਿਖਾ ਲਿਆ ਸੀ ਨਾ ਉਹਨਾਂ ਨੇ ਜਾਦੂਆਂ ਨੂੰ ਦ੍ਰਿਸ਼, ਇੱਕ ਦ੍ਰਿਸ਼ ਤੇ ਦਿਖਾ ਲਿਆ ਸੀ ਕਿ ਪਹਾੜ ਹੈਗਾ ਆ ਰਿਹਾ ਹੈਗਾ, ਮਕਾਨ ਦਰਖਤ ਭੰਨੀ ਆਉਂਦਾ ਹੈਗਾ, ਪਰ ਇੱਕ ਘਾਹ ਦੇ ਤਿਨਕੇ ਨੇ ਉਹਨੂੰ ਰੋਕ ਲਿਆ। ਉਹ ਘਾਹ ਦਾ ਤਿਨਕਾ ਕੀ ਸੀ? ਉਹ ਸੱਤ ਸੀਗਾ। ਤੇ ਇਹੋ ਹੀ ਸੀਗਾ, 2000 ਆਦਮੀ ਲੈ ਕੇ ਆਇਆ ਰਾਈ। ਜਦੋਂ ਉਹਦੀ ਸਮਝ ਪੈ ਗਈ ਕਿ ਅਸੀਂ ਨੀ ਜੱਟਾਂ ਨੇ ਮਰਨਾ, ਤੁਸੀਂ ਉਹਨਾਂ ਨੇ ਰਾਈਆਂ ਨੇ ਮਰਨਾ, ਕਹਿੰਦਾ ਸਾਡੇ 'ਚ ਕੋਈ ਦੁਸ਼ਮਣੀ ਸੀ ਤਾਂ ਦੋਸਤ ਹੈਗੀਆਂ। 2000 ਨੂੰ ਕਹਿੰਦਾ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਇਹ ਮੈਨੂੰ ਦੱਸੋ, ਕੋਈ ਏਦਾਂ ਦੀ ਵਾਰਦਾਤ ਹੋਰ ਕਿਤੇ ਤੁਸੀਂ ਸੁਣੀ ਹੈਗੀ? ਕੋਈ ਹਮਲਾ ਕਰਨ ਆਏ ਹੋਣ ਮਾਰਨ ਤੁਹਾਨੂੰ, ਤੇ ਮੁੜ ਜਾਣ ਇੱਕ ਨੰਬਰ ਦੇ ਦੋਸਤ ਤੇ ਨਾਲੇ ਤੁਹਾਡੇ ਵਫ਼ਾਦਾਰ ਚੌਕੀਦਾਰ ਮਹਿਮਾਨਾਂ ਦੀ ਤਰ੍ਹਾਂ ਉਹਨਾਂ ਸਾਨੂੰ ਰੱਖਿਆ, ਕੋਈ ਸਾਨੂੰ ਤੇ ਹੱਥ ਨਹੀਂ ਉਹਨਾਂ ਨੇ ਚੱਕਿਆ। ਇਹ ਹੈਗਾ, ਇਹਨੂੰ ਕਹਿੰਦੇ ਅੱਲਾਹ ਦਾ ਕਲਾਮ ਸ਼ਬਦ। ਸ਼ਬਦ ਮਿਲਾਵਾ ਹੋਵੇ, ਜਦੋਂ ਤੁਸੀਂ ਸ਼ਬਦ ਮਿਲਾਵਾ ਕਰੋ ਅੱਗੇ ਪਾਪ ਬ੍ਰਹਮ ਨਾਲ, ਪਾਪ ਬ੍ਰਹਮ ਦਾ ਹੱਥ ਤੁਹਾਡੇ ਸਿਰ ਤੇ ਹੁੰਦਾ ਹੈਗਾ, ਉਹਦੇ ਨਾਲ ਵੱਡਾ ਸਿਰ ਹੱਥ ਹੀ ਹੈ ਨਹੀਂ ਗਾ। ਜਦ ਆਪਣੇ ਜੱਟ ਕੌਮ ਦੇ ਬਣੋ, ਜੱਟ ਪਿਓ ਦਾ ਹੱਥ ਉੱਪਰ ਹੁੰਦਾ ਤੁਹਾਡੇ ਸਿਰ ਤੇ, ਉਹ ਤੁਹਾਨੂੰ ਬਚਾ ਕੇ ਰੱਖਦਾ, ਉਹ ਤੁਹਾਨੂੰ ਸਭ ਤਾਕਤਾਂ ਦਿੰਦਾ, ਖਾਣ ਪੀਣ ਨੂੰ ਦਿੰਦਾ, ਸਭ ਕੁਛ ਕਰਦਾ ਹੈਗਾ। ਇਹ ਹੱਜ ਇਸੇ ਕਰਕੇ ਹੁੰਦਾ ਕਬੀਲੇ ਦਾ ਬਰਨ ਲਈ, ਇਹ ਹੁੰਦਾ ਸੀ 12 ਤੋਂ 16 ਸਾਲ ਦੇ ਮੁੰਡਿਆਂ ਲਈ, ਉਹਨਾਂ ਨੂੰ ਆਪਣੇ ਕਬੀਲੇ ਦਾ ਬਣਾਉਣ ਲਈ। ਤੇ ਤਦੇ ਉਹਨਾਂ ਨੂੰ ਫਿਰ ਬਾਅਦ ਵਿੱਚ ਵੱਖਰਾ ਮਿਲਿਆ ਨਾ, ਲਓ ਹੁਣ ਖੂਬ ਤੁਸੀਂ ਇੰਜੋਏ ਕਰੋ, ਬੱਕਰੇ ਖਾਓ। ਤੇ ਜੇ ਆਦਮੀ ਸ਼ੈਤਾਨ ਦੇ ਕਾਬੂ ਆ ਜਾਵੇ, ਉਹਨੇ ਬੱਕਰਾ ਥੋੜਾ ਦੇਣਾ, ਉਹਨੇ ਤਾਂ ਮਾਰਨਾ ਤੁਹਾਨੂੰ, ਤੁਹਾਡਾ ਬੱਕਰਾ ਬਣਾਉਣਾ ਉਹਨੇ ਤਾਂ, ਜਿੱਦਾਂ ਖੱਤਰੀਆਂ ਨੇ ਬਣਾਏ ਸੀਗੇ। ਖੱਤਰੀ ਸਤਿਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ, ਇਹ ਸ਼ੈਤਾਨਾਂ ਦੇ ਘਰ ਆਉਂਦੇ ਨੇ, ਬਿਮਾਰ ਜਿਹੜੇ ਹੈਗੇ ਨੇ, ਕਿ ਸਾਨੂੰ ਉਲਾਂਭਾ ਨਾ ਦੇਣ ਪਾਰ ਬ੍ਰਹਮ ਨੂੰ, ਕਿ ਸਾਨੂੰ ਕਿਸੇ ਬਿਮਾਰ ਸੀ, ਸਾਨੂੰ ਕੋਈ ਡਾਕਟਰ ਨਹੀਂ ਕੱਢਿਆ। ਸਤਿਗੁਰੂ ਨਾਨਕ ਦੇਵ ਜੀ ਸੈਕਿੰਡ ਕਮਿੰਗ ਆਫ ਜੀਜ਼ਸ ਹੈਗੇ ਨੇ, ਪਹਿਲੇ ਸਤਿਗੁਰੂ ਜੀਜ਼ਸ ਸੀਗਾ, ਉਹ ਜਰੂਸਲਮ ਆਇਆ ਸੀਗਾ, ਕਿ ਉੱਥੇ ਦੇ ਲੋਕ ਜਿਹੜੇ ਸੀਗੇ ਉਹ ਉੱਥੇ ਦੇ ਲੋਕ ਜਿਹੜੇ ਸੀ ਉਹ ਜੂ ਬਣ ਗਏ ਸੀ ਜਿਸਮ ਦੇ, ਜਿਸਮ ਦੇ ਸ਼ੰਕਰ ਵਰਲੀ ਹੈ, ਇਸ ਕਰਕੇ ਉੱਥੇ ਆਏ ਸੀ ਪਹਿਲਾਂ। ਉਹਨੂੰ ਜਨਮ ਲੈਣਾ ਪਿਆ ਸੀ ਕੁਆਰੀ ਦੇ, ਤੇ ਨਾਨਕ ਜਿਹੜੇ ਇੱਥੇ ਆਪਣੇ ਜਾਤ ਸਾਰੇ ਆਪਣੇ ਜਾਣਦੇ ਸੀਗੇ, ਇਸ ਕਰਕੇ ਇਹਨੇ ਪ੍ਰੋਪਰ ਜਨਮ ਲਿਆ। ਤੇ ਇਹਦੇ ਜਦੋਂ ਸਤਿਗੁਰੂ ਨਾਨਕ ਦੇਵ ਜੀ ਨੂੰ ਗੱਦੀ ਦੇ ਤੇ ਅੰਗਦ ਸਤਿਗੁਰੂ ਅੰਗਦ ਦੇਵ ਜੀ ਨੂੰ, ਤੇ ਉਹਦੇ ਮੁੰਡੇ ਬੜੇ ਨਰਾਜ਼ ਸੀਗੇ, ਸਾਨੂੰ ਮਿਲਣੀ ਚਾਹੀਦੀ ਗੱਦੀ, ਸਾਡਾ ਪਿਓ ਹੈਗਾ। ਤੇ ਉਹਨਾਂ ਨੇ ਫਿਰ ਆਪਣਾ ਮੱਟ ਖੋਲ ਲਿਆ ਸੀਗੇ, ਆਪਣੇ ਹੋਰ ਸੈਕਟ ਖੋਲ ਲਏ ਸੀਗੇ। ਵੱਡਾ ਮੁੰਡਾ ਜਿਹੜਾ ਸੀ ਉਹ ਆਪਣੇ ਚਲਾ ਗਿਆ ਸੀ ਸ੍ਰੀਨਗਰ, ਕਸ਼ਮੀਰ। ਕਸ਼ਮੀਰ ਜਿਹੜਾ ਸੀਗਾ ਉੱਥੇ ਬੜੇ ਵਿਦਵਾਨ ਆਉਂਦੇ ਸੀਗੇ, ਉੱਥੇ ਜਾ ਕੇ ਉਹਨੇ ਆਪਣਾ ਸ਼ੁਰੂ ਕਰ ਦਿੱਤਾ ਕੰਮ। ਫਿਰ ਸਤਿਗੁਰੂ ਅੰਗਦ ਦੇਵ ਜੀ ਦੇ ਮੁੰਡੇ ਸੀਗੇ, ਉਹਨੂੰ ਜਦੋਂ ਗੱਦੀ ਸਤਿਗੁਰੂ ਅਮਰਦੇਵ ਜੀ ਨੂੰ ਮਿਲ ਗਏ ਤੇ ਬੜੇ ਨਰਾਜ਼ ਸੀਗੇ, ਤੇ ਉਹ ਜਿਹੜਾ ਸੀ ਉਹਦਾ ਮੁੰਡਾ ਸੀਗਾ, ਉਹਨੇ ਉਹ ਲੱਤ ਮਾਰੀ ਸਤਿਗੁਰੂ ਅੰਗਦ ਦੇਵ, ਸਤਿਗੁਰੂ ਅਮਰਦੇਵ ਜੀ ਦੇ। ਤੇ ਸਤਿਗੁਰੂ ਅਮਰਦੇਵ ਜੀ ਨੇ ਫਿਰ ਸਤਿਗੁਰੂ ਰਾਮਦਾਸ ਜੀ ਨੂੰ ਗੱਦੀ ਦਿੱਤੀ, ਤੇ ਉਹ ਫਿਰ ਜਿਹੜੇ ਸੀਗੇ ਉਹਦੇ ਮੁੰਡੇ ਸੀ ਉਹ ਵੀ ਨਰਾਜ਼ ਸੀਗੇ ਵੀ ਇਹ ਗੱਦੀ ਸਾਡੇ ਘਰੋਂ ਬਾਹਰ ਨਿਕਲ ਗਈ। ਹੁਣ ਸਤਿਗੁਰੂ ਜਿਹੜੇ ਹੈਗੇ ਨੇ ਸਿੱਖ ਨੂੰ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਲੈ ਕੇ ਜਾਂਦੇ ਰੋਹਾਨੀ, ਇਹਨੂੰ ਕਹਿੰਦੇ ਚਾਰ ਲਾਵਾਂ, ਹੋਮੇ ਮਨ ਬੁੱਧੀ ਦੇ ਚਿੱਤ। ਹੋਮੇ ਦਾ ਇਲਾਜ ਕੀਤਾ ਸਤਿਗੁਰੂ ਅੰਗਦ ਦੇਵ ਜੀ ਨੇ, ਮਨ ਦਾ ਇਲਾਜ ਕੀਤਾ ਸਤਿਗੁਰੂ ਅਮਰਦੇਵ ਜੀ ਨੇ, ਬੁੱਧੀ ਦਾ ਉਹਨਾਂ ਸੰਦੇਸ਼ ਦਿੱਤਾ ਸਤਿਗੁਰੂ ਰਾਮਦਾਸ ਜੀ ਨੇ।
ਤੇ ਫਿਰ ਪੰਜਵਾਂ ਜਿਹੜਾ ਸੀ ਸਤਿਗੁਰੂ ਅਰਜਨ ਦੇਵ ਜੀ ਪਾਇਆ ਪ੍ਰਭ ਬਨਾਸ਼ੀ, ਚੌਥੀ ਚਿੱਤ ਬਿਰਤੀ 'ਚ ਉਹਨਾਂ ਨੇ ਚਲੇ ਗਏ। ਉਹਨਾਂ ਨੇ ਚਿੱਤ ਬਿਰਤੀ ਦੇ ਜਿਹੜੇ ਸਾਧੂ ਹੁੰਦੇ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀਗਾ ਸਾਧੂਆਂ ਨੂੰ। ਇਸ ਕਰਕੇ ਇਹਨਾਂ ਦਾ ਜਿਹੜਾ ਸੀਗਾ ਸ਼ੈਤਾਨ ਪ੍ਰਿਥੀ ਚੰਦ ਉਹ ਓਡਾ ਹੀ ਵੱਡਾ ਸੀਗਾ ਜਿੱਡੇ ਵੱਡੇ ਸਤਿਗੁਰੂ ਅਰਜਨ ਦੇਵ ਜੀ ਸੀਗੇ। ਸਤਿਗੁਰੂ ਅਰਜਨ ਦੇਵ ਜੀ ਤਾਂ ਸੀਗੇ ਪਰਮਾਤਮਾ ਵੱਲ ਨੂੰ, ਉਹ ਸੀਗਾ ਪੈਸੇ ਵੱਲ ਨੂੰ, ਮਾਮਨ ਨੂੰ ਕਹਿੰਦੇ ਨੇ। ਉਹ ਤਾਂ ਜਦੋਂ ਗੱਡੀ ਉਹਨਾਂ ਦਿੱਤੀ ਤਾਂ ਜਾਂਦਾ ਸੀ ਬਾਦਸ਼ਾਹਾਂ ਦੇ, ਇਹ ਗੱਡੀ ਮੈਨੂੰ ਮਿਲਣੀ ਚਾਹੀਦੀ ਸੀਗੀ, ਮੈਂ ਵੱਡਾ ਮੁੰਡਾ ਹੈਗਾ ਤੇ ਪਠਾਨ ਲੈ ਕੇ ਆਇਆ ਸੀ। ਸਭ ਕੁਛ ਕੀਤਾ ਉਹਨੇ, ਮੁੰਡੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਤੇ ਜਦੋਂ ਸਤਿਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਬਿਠਾਇਆ ਸੀਗਾ, ਬੜਾ ਖੁਸ਼ ਸੀਗਾ ਵੀ ਉਹ ਤੱਤੀ ਲੋਹ ਤੇ ਬੈਠਾ ਹੈਗਾ, ਤੇ ਉਹ ਜਿਹੜਾ ਚੰਦੂ ਸੀਗਾ ਉਹ ਵੀ ਸੋਝੀ ਖੱਤਰੀ ਸੀਗਾ। ਉਹਦਾ ਦੱਸਦੇ ਨਹੀਂ ਹੈ ਕਿ ਕੌਣ ਸੀਗਾ ਉਹਦਾ ਖੱਤਰੀ, ਜਿਹੜੇ ਨੇ ਲੁਕੋ ਕੇ ਰੱਖਦੇ ਨੇ। ਜਿੱਦਾਂ ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਇਹ ਜਦੋਂ ਇਹ ਮਰਿਆ ਸੀ ਨਾ ਤੇ ਅਖਬਾਰਾਂ ਨੇ ਕੱਢ ਦਿੱਤਾ ਕਿ ਇਹਦਾ ਜਨਮ ਬ੍ਰਾਹਮਣ ਕਰਦੇ ਦਾ ਹੈਗਾ, ਬ੍ਰਾਹਮਣ ਵਰਨ ਹੈਗਾ, ਇਹ ਕੋਈ ਜਨਮ ਜਾਤ ਨਹੀਂ ਹੈਗੀ, ਬ੍ਰਾਹਮਣ ਕਹਿ ਕੇ ਜਨਮ ਮਤ ਹੋਏ, ਜਨਮ ਜਿਹੜਾ ਮੇਰਾ ਹੈਗਾ ਜੱਟ ਹੈਗਾ, ਮੈਂ ਕੰਮ ਜਿਹੜਾ ਕਰ ਰਿਹਾ ਬ੍ਰਾਹਮਣ ਵਰਨ ਦਾ ਕਰ ਰਿਹਾ ਹੈਗਾ। ਤੇ ਇਸ ਕਰਕੇ ਨਾ ਜਿਹੜਾ ਪ੍ਰਿਥੀ ਚੰਦ ਸੀਗਾ ਉਹਨੂੰ ਆਪਣੀ ਗੱਦੀ ਦਾ ਸੀਗਾ ਵੀ ਮੈਂ ਗੱਦੀ ਲੈਣੀ ਹੈਗੀ, ਤੇ ਮੈਂ ਮਾਇਆ ਮਨਮੁੱਖ ਪੱਕਾ ਮਨਮੁੱਖ ਸੀ। ਤੇ ਫਿਰ ਛੇਵੇਂ ਜਿਹੜਾ ਸੀਗੇ ਉਹ ਸੱਚੇ ਪਾਤਸ਼ਾਹ ਸਾਨੂੰ ਸਤਿਗੁਰੂ ਪੰਜ ਤਾਈਂ ਤਾਂ ਹੋ ਗਏ ਨਾ, ਸਤਿਗੁਰੂ ਅਰਜਨ ਦੇਵ ਜੀ ਤਾਈਂ ਸਤਿਗੁਰੂ ਉਹ ਹੁੰਦਾ ਹੈਗਾ, ਸੱਤ ਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉਂ। ਤੇ ਹੁਣ ਮੈਂ ਜਿਹੜਾ ਹੈਗਾ ਮੈਨੂੰ ਮੈਂ ਸੱਤ ਪੁਰਖ ਜਾਣਦਾ ਹੈਗਾ ਤੇ ਮੇਰਾ ਮੈਂ ਹੈਗਾ ਸਤਿਗੁਰੂ, ਸੱਤ ਦਾ ਪ੍ਰੇਮ ਜਿੰਨਾ ਹੈਗਾ ਜਿਹੜਾ ਕਿ ਮਾਇਆ ਵੱਲ ਨਹੀਂ ਜਾਂਦਾ, ਮੇਰਾ ਮੂੰਹ ਆਪ ਬ੍ਰਹਮ ਵੱਲ ਹੈਗਾ, ਮੇਰੀ ਪਿੱਠ ਹੈਗੀ ਦੁਨੀਆ ਵੱਲ। ਮੈਨੂੰ ਇਹ ਖੱਤਰੀ ਜਿਹੜੇ ਨੇ ਬੜੀਆਂ ਬੁੜੀਆਂ ਬੁੜੀਆਂ ਗੱਲਾਂ ਕਹਿੰਦੇ ਨੇ, ਇਹ ਹੈਗੇ ਇਹਨਾਂ ਦੀ ਆਦਤ ਹੈਗੀ ਖੱਤਰੀਆਂ ਦੀ। ਸੱਚੇ ਉਹਨਾਂ ਸਤਿਗੁਰੂਆਂ ਨੂੰ ਵੀ ਕਿਹਾ, ਜਦੋਂ ਗੋਬਿੰਦ ਸਿੰਘ ਜੀ ਸੀਗੇ ਜਦੋਂ ਆਨੰਦਪੁਰ ਸੀਗੇ ਉਦੋਂ ਜਿਹੜਾ ਲੈ ਕੇ ਆਇਆ ਸੀ ਹਮਲਾ ਕੀਤਾ ਜਿਹੜਾ ਮੋਹਰੀ ਸੀਗਾ ਉਹ ਖਵਾਜਾ ਖੱਤਰੀ ਸੀਗਾ, ਖਵਾਜੇ ਖੱਤਰੀ ਹੁੰਦੇ ਨੇ ਉਹ, ਤੁਸੀਂ ਦੇਖ ਲਓ ਉਹਨੇ ਉੱਥੋਂ ਕਿੰਨਾ ਉਹਨਾਂ ਦੀ ਕੀਤਾ ਵੀ ਕਸਮਾਂ ਖਾਧੀਆਂ ਸਾਰਾ ਕੁਛ ਕੀਤਾ ਤੇ ਆਪਣੇ ਪੂਰੀ ਆਗ ਉਹਨੇ ਦਿਖਾ ਲਈ ਖੱਤਰੀਆਂ ਨੇ ਕਿੱਦਾਂ ਦੇਤੀ ਹੈਗੀ। ਫਿਰ ਸਰਹੰਦ ਵਾਲੇ ਨੇ ਸੁੱਚਾਨੰਦ ਜਿਹੜਾ ਸੀਗਾ ਖੱਤਰੀ ਉਹ ਸੀਗਾ ਮਿਥਿਆ ਪੂਰੀ ਸੀਗਾ ਖੱਤਰੀ, ਉਹਨੇ ਫਿਰ ਬੱਚੇ ਚੜਵਾ ਦਿੱਤੇ ਸੀਗੇ। ਜਿਹੜਾ ਆਇਆ ਸੀਗਾ ਮੁੱਲਾ ਉਹਨੂੰ ਸ਼ਰਮ ਸੀਗੀ, ਮੁੱਲਾ ਇਨਕਾਰ ਕਰਕੇ ਕਿ ਸਾਡਾ ਕੁਰਾਨ ਸ਼ਰੀਫ ਨਹੀਂ ਕਹਿੰਦਾ ਕਿ ਇਹਨਾਂ ਨੂੰ ਮਾਰੋ, ਕੁਰਾਨ ਸ਼ਰੀਫ ਬਾਈਬਲ ਨਾਲੋਂ ਚੰਗਾ ਹੈਗਾ, ਕਿਉਂ ਜਿਹੜੇ ਇਸ਼ਮਾਲ ਦੇ ਹੈਗੇ ਪੁੱਤਰ ਹੈਗੇ ਨੇ ਉਹ ਬੰਦੇ ਦੀ ਪੂਜਾ ਕਰਦੇ ਨੇ, ਆਦਮ ਦੀ ਬੰਦੇ ਦੇ ਪੁੱਤਰ ਹੈਗੇ ਨੇ, ਇਹ ਜਿਹੜੇ ਹੈਗੇ ਨੇ ਜੀਵ ਹੈਗੇ ਨੇ ਇਹ ਸ਼ੈਤਾਨ ਦੀ ਪੂਜਾ ਕਰਦੇ ਨੇ, ਅਲਜਮਾਰ ਅਲ ਅਕਸਾ ਜੀ ਸਾਰਿਆਂ ਨਾਲ ਵੱਡਾ ਸ਼ੈਤਾਨ ਜੀਵ ਮੰਨਦੇ ਨੇ ਜਿਸਮ ਦੇ, ਤੇ ਇਹ ਇੱਕ ਨੰਬਰ ਦੇ ਦੁਸ਼ਮਣ ਹੈਗੇ ਉਹਨਾਂ ਦੇ ਜਿਹੜੇ ਕਿ ਬੰਦੇ ਦੇ ਪੁੱਤਰ ਹੈਗੇ ਨੇ, ਉਹ ਅੱਜ ਤੁਹਾਨੂੰ ਰੰਗ ਦਿਖਾ ਰਹੇ ਨੇ। ਇਹ ਤਾਂ ਕਿ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਚੌਥੇ ਸਨ ਸੱਚੇ ਪਾਤਸ਼ਾਹ, ਆਖਰੀ ਚਾਰ ਵਰਨ ਹੈਗੇ, ਚੌਂ ਵਰਨਾਂ ਦੇ ਸਾਹਮਣੇ ਚਾਰ ਸੱਚੇ ਪਾਤਸ਼ਾਹ ਹੋਏ ਨੇ। ਛੇ ਕਿਸਮ ਦੇ ਕਰਮ ਹੁੰਦੇ ਨੇ, ਛਿਆ ਕਰਮਾਂ ਦੇ ਹਿਸਾਬ ਨਾਲ ਛੇ ਸਤਿਗੁਰੂ ਹੋਏ ਨੇ। ਜਿਹੜਾ ਨਾ ਆਪਣੇ ਮਨੋਹਰਾ ਇਹਨਾਂ ਦਾ ਦੇਖਿਆ ਨਾ ਤੁਸੀਂ ਜਿਹੜਾ ਹੈਗਾ ਜੂ ਆਉਂਦਾ ਉਹਦੀਆਂ ਛੇ ਪੱਤੀਆਂ ਜਿਹੜੀਆਂ ਹੈਗੀਆਂ ਨੇ ਉਹ ਹੈਗੀਆਂ ਨੇ ਕੰਮ ਦੀਆਂ, ਕਰਮ ਕਰਮ ਦੀਆਂ। ਸੱਤਵੀਂ ਜਿਹੜੀ ਉਹ ਪਾਲ ਬ੍ਰਹਮ ਖੁਦ ਹੈਗਾ, ਆਹ ਹੈਗਾ ਨਾ ਆਹ ਛੇ ਪੱਤੀਆਂ ਜਿਹੜੀਆਂ ਨੇ ਇਹ ਬ੍ਰਹਮਾ ਦੀਆਂ ਹੈਗੀਆਂ ਨੇ,
ਕੰਮ ਆਹ ਜਿਹੜਾ ਪਾਬ੍ਰਹਮ ਖੁਦ ਹੈਗਾ ਇਹ ਪਾਬ੍ਰਹਮ ਤੋਂ ਚੱਲਦੀਆਂ ਨੇ ਦੂਜੀਆਂ ਇਹਨੂੰ ਕਹਿੰਦੇ ਸ਼ਮਸ ਸ਼ਮਸ ਦਾ ਮਤਲਬ ਹੁੰਦਾ ਸੂਰਜ ਇਹ ਸੂਰਜ ਹੈਗਾ ਇਹ ਹੈਗੇ ਨੇ ਚਮਕਦੇ ਫਿਰ ਇਹ ਚੰਦਰਮਾ ਹੈਗੇ ਨੇ ਸਾਰੇ ਬਾਕੀ ਦੇ ਇਹ ਹੈਗਾ ਸੂਰਜ ਇਸ ਕਰਕੇ ਜਿਹੜਾ ਸੀਗਾ ਉਹ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਖਾਲਸੇ ਤਿੰਨ ਕਿਸਮ ਦੇ ਹੁੰਦੇ ਬੇਮੁੱਖ ਮਨਮੁੱਖ ਤੇ ਗੁਰਮੁੱਖ ਬੇਮੁੱਖ ਜਿਹੜਾ ਹੁੰਦਾ ਹੈਗਾ ਉਹਨੂੰ ਹੁੰਦਾ ਮੇਰੇ ਕੋਲ ਪੈਸਾ ਆ ਜਾਵੇ ਮੇਰਾ ਮਕਾਨ ਵੱਡਾ ਹੋਵੇ ਮੇਰੀ ਰਿਆਸਤ ਹੋਵੇ ਜਦੋਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਕਹਿੰਦੇ ਵੀ ਮੰਗ ਕੀ ਮੰਗਦਾ ਜਿਹੜੇ ਸੀਗੇ ਬੇਮੁੱਖ ਸੀਗੇ ਉਹ ਕਹਿੰਦੇ ਸਾਨੂੰ ਜੀ ਜ਼ਮੀਨ ਚਾਹੀਦੀ ਰਿਆਸਤ ਚਾਹੀਦੀ ਪਟਿਆਲੇ ਦੀ ਰਿਆਸਤ ਜਾਂ ਹੋ ਜੋ ਹੋਈ ਜਿਹੜਾ ਗੁਰਮੁਖ ਸੀਗਾ ਨੌਂ ਦਾ ਸੀਗਾ ਬੁੱਧੂ ਸ਼ਾਹ ਬੁੱਧੂ ਸ਼ਾਹ ਦਾ ਮਤਲਬ ਬੁੱਧੂਆਂ ਦਾ ਸਰਦਾਰ ਪਰ ਇੱਕ ਨੰਬਰ ਦੀ ਲੈ ਗਿਆ ਉਹ ਆਪਣੇ ਉਹਨਾਂ ਤੋਂ ਦਾਜ ਕੰਘਾ ਬਾਣਾ ਸਮੇਤ ਬਾਲ ਜਿਹੜੇ ਉੱਪਰ ਹੈਗੇ ਸਿਰ ਦੇ ਬੜੇ ਮਾਣ ਵਾਲੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ ਮਾਣ ਲੈ ਗਿਆ ਉਹ ਬੁੱਧੂ ਸ਼ਾਹ ਬਾਕੀ ਦੇ ਲੈ ਗਏ ਖਾਕ ਜ਼ਮੀਨਾਂ ਇਹ ਜਿਹੜੇ 40 ਮੁਕਤੇ ਸੀ ਇਹ ਇਸ ਕਰਕੇ ਭਰਤੀ ਹੋ ਜੇ ਉਹਦੇ ਨਾਲ ਇਕੱਠੇ ਹੋਵਾਂਗੇ ਤਾਂ ਸਾਨੂੰ ਉਹ ਪੈਸੇ ਦੇਵੇਗਾ ਪੈਸੇ ਲੈ ਕੇ ਆਵਾਂਗੇ ਜਿੱਦਾਂ ਕਿ ਉਹ ਬਰਾੜ ਸੀਗੇ ਜਿਹਨਾਂ ਨੂੰ ਪੈਸੇ ਨਹੀਂ ਦਿੱਤੇ ਸੀ ਤਾਂ ਘੋੜੇ ਦੀ ਲਗਾਮ ਫੜ ਲਈ ਸੀ ਵਿਆਹ ਸਾਡੇ ਪੈਸੇ ਕੱਢ ਉਹ ਜਦੋਂ ਆ ਗਿਆ ਲੈ ਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਨੇ ਕਿਹਾ ਹੁਣ ਤੁਸੀਂ ਪੈਸੇ ਲੈਣੇ ਕਿ ਅੰਮ੍ਰਿਤ ਲੈਣਾ ਜੇ ਅੰਮ੍ਰਿਤ ਲੈਣਾ ਤਾਂ ਪੈਸੇ ਨਹੀਂ ਮਿਲਣੇ ਫਿਰ ਉਹਨਾਂ ਵਿੱਚ ਥੋੜ੍ਹਿਆਂ ਨੇ ਅੰਮ੍ਰਿਤ ਛਕਿਆ ਜੀ ਬਾਕੀ ਦੇ ਪੈਸੇ ਲੈ ਕੇ ਤਾਂ ਚਿੱਤਰ ਮਿੱਤਰ ਹੋ ਗਏ ਸੀਗੇ ਤੇ ਉਹ ਸੀਗੇ 40 ਮੁਕਤੇ ਉਹਨਾਂ ਵਿੱਚ ਜਦੋਂ ਅੰਮ੍ਰਿਤ ਛੱਕ ਲਿਆ ਉਹਨਾਂ ਨੇ ਪੰਜਾਂ ਦੇ ਸਿਰ ਸਟੇਜ ਤੇ ਲਾਏ ਸੀਗੇ ਫਿਰ ਇੱਕ ਦਾ ਸਿਰ ਤੇ ਦੂਜੇ ਦਾ ਧੜ ਕੀਤਾ ਸੀ ਉਹਨਾਂ ਨੂੰ ਅੰਮ੍ਰਿਤ ਨਾਲ ਜੂਤ ਕੀਤਾ ਸੀ ਉਹਨਾਂ ਦਾ ਗੋਤ ਜਿਹੜਾ ਸੀਗਾ ਉਹ ਸਿੰਘ ਸੀਗਾ ਆਹ ਜਿਹੜਾ ਸਿੰਘ ਲੋਕਾਂ ਵਿੱਚ ਲਾਇਆ ਨਾ ਇਹ ਖੱਤਰੀਆਂ ਨੇ ਲਾਇਆ ਗਾ ਬਾਹਮਣ ਦਾ ਰਹਿੰਦਾ ਸੀ ਪਿੰਡ ਦੀ ਦਸੌਂਦ ਇਹਨਾਂ ਨੇ ਖੱਤਰੀਆਂ ਨੇ 9:30 ਵਿੱਚ ਪਿੰਡਾਂ 'ਚ ਆ ਕੇ ਸਿੰਘ ਲਾ ਦਿੱਤਾ ਲੋਕਾਂ ਦੇ ਵਿੱਚ ਤੁਸੀਂ ਜੇ ਸਿੰਘ ਹੈਗੇ ਆ ਤੁਸੀਂ ਜੀ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਦੇ ਖਾਲਸੇ ਪੁੱਤਰ ਹੈਗੇ ਆ ਆ ਗਿਆ ਉਹ ਗਿਆ ਸਿੰਘ ਲਾ ਕੇ ਸਾਡੇ ਇੱਥੇ ਤੇ ਆ ਜਾਂਦੇ ਸੀ ਹੁਣ ਤੁਸੀਂ ਜੀ ਦਸੌਂਦ ਦਿਓ ਦਸੌਂਦ ਦੇਖ ਲਓ ਵੀ ਕਿੰਨੇ ਪਿੰਡਾਂ ਦੀ ਲੈ ਜਾਂਦੇ ਸੀ ਉੱਥੇ ਜੰਮਣ ਖਤਰਾਣੀਆਂ ਕੋਈ ਕੋਈ ਬਾਹਮਣੀਆਂ ਇਹ ਇੰਨੇ ਸ਼ੈਤਾਨ ਹੈਗੇ ਨੇ ਤੇ ਉਹ 40 ਮੁਕਤਿਆਂ ਦੇ ਜਦੋਂ ਘਰ ਗਏ ਮੁੜ ਕੇ ਭੁੱਖੇ ਰਹਿਣਾ ਪਿਆ ਤੇ ਭਾਈ ਮਾਈ ਭਾਗੋ ਨੇ ਉਹਨਾਂ ਨੂੰ ਲੱਖ ਨਾਲ ਭਾਈ ਮਰਨਾ ਤਾਂ ਹੈਗਾ ਤੁਸੀਂ ਉੱਥੇ ਤੁਹਾਨੂੰ ਮੁਕਤੀ ਮਿਲ ਜਾਣੀ ਸੀ ਕਿਉਂ ਦੌੜ ਕੇ ਆਏ ਆ ਬੈਠੋ ਇੱਥੇ ਪਾਓ ਘੱਗਰੀਆਂ ਇਸੇ ਨੂੰ ਮੈਂ ਜਾਂਦੀ ਹਾਂ ਲੜਨ ਜਦੋਂ ਉਹਨੇ ਸ਼ਰਮ ਪਾਈ ਉਹਨਾਂ ਨੂੰ ਉੱਥੇ ਪੈਸੇ ਨਾਲ ਤੇ ਆਪਣੀ ਉਹ ਮਾਫ਼ੀ ਘੁੰਮਾ ਗਿਆ ਉਹਨਾਂ 40 ਸਾਲ ਦਾ ਰਾਜ ਫਿਰ ਇਸ ਜੱਟ ਨੂੰ ਦਿੱਤਾ ਸੀ ਚੌਧਰੀ ਰਣਜੀਤ ਸੈਂਸੀ ਜੱਟ ਉਹ ਸਿੰਘ ਨਹੀਂ ਸੀਗਾ ਸਿੰਘ ਖੱਤਰੀਆਂ ਨੇ ਲਾਇਆ ਵਿੱਚ ਸਿੰਘ ਲਾ ਕੇ ਤਾਂ ਕਹਿੰਦੇ ਸਿੱਖ ਰਾਜ ਸੀਗਾ ਉਹ ਹੁਣ ਕਿਤਾਬਾਂ 'ਚ ਲਿਖਿਆ ਜਾਂਦਾ ਜੱਟ ਦਾ ਰਾਜ ਸੀ ਉਹ ਜੱਟ ਦਾ 40 ਮੁਕਤਿਆਂ ਦਾ ਉਹਨੇ ਉਹ ਬੇਵਕੂਫੀਆਂ ਕੀਤੀਆਂ ਜਿਹੜੀਆਂ ਕਿ ਜੱਟ ਕਰਦੇ ਨੇ ਹਰਿਮੰਦਰ ਜਿਹੜਾ ਹੁੰਦਾ ਸਾਦਾ ਹੁੰਦਾ ਉਹਦੇ ਸੋਨਾ ਲਾ ਦਿੱਤਾ ਦੇਖਣ ਨੂੰ ਚੰਗਾ ਲੱਗੇ ਤਾਂ ਲੋਕਾਂ ਦੀ ਉਹਨਾਂ ਦੀ ਖੱਤਰੀਆਂ ਦੀ ਵਾਹ ਵਾਹ ਹੋ ਗਈ ਹੁਣ ਤਾਂ ਲੋਕ ਆਉਣਗੇ ਦੇਖਣੇ ਤਾਂ ਸਾਨੂੰ ਪੈਸੇ ਚੜ੍ਹਨਗੇ ਫਿਰ ਉਹ ਅਕਬਰ ਸੀਗਾ ਜਿਹੜਾ ਕਹਿੰਦਾ ਸੀ ਮੈਂ ਲਾ ਦਿੰਦਾ ਪਟਾ ਲਾ ਦਿੰਦਾ ਹਰਿਮੰਦਰ ਸਾਹਿਬ ਦੇ ਉਹ ਇਨਕਾਰ ਕਰਦੇ ਸਤਿਗੁਰੂ ਅਮਰਦੇਵ ਜੀ ਸੀਗੇ ਮੇਰਿਆ ਉਹਨਾਂ ਇਨਕਾਰ ਕਰ ਦਿੱਤਾ ਜੋ ਸਿੱਖ ਲਿਆਉਣਗੇ ਉਹੀ ਪੱਕੇਗਾ ਉਹੀ ਖਾਣਗੇ ਜਿਹੜਾ ਵੱਧ ਜਾਂਦਾ ਸੀ ਨਾ ਰਾਤ ਨੂੰ ਕੋਈ ਨਹੀਂ ਸੀ ਖਾਂਦਾ ਉਹਨੂੰ ਉਹ ਮੱਛੀਆਂ 'ਚ ਮੱਛੀਆਂ ਨੂੰ ਫੈਲਾ ਦਿੰਦੇ ਸੀਗੇ ਜਾਣੀ ਕਿ ਭਾਂਡੇ ਐਨ ਕਰਕੇ ਸਾਫ਼ ਉੱਤੇ ਰੱਖ ਕੇ ਰਾਜ ਦਿਖਾ ਦਿੰਦੇ ਜੀ
ਤੇ ਉਹਨੇ ਕੀਤਾ ਪਿੰਡਾਂ ਦੇ ਗੁਰਦੁਆਰੇ ਚ ਨੌ ਲਾਤੀਆਂ, ਰਿਆਸਤਾਂ ਜ਼ਮੀਨਾਂ ਲਾਤੀਆਂ, ਉਹਨੇ ਕੀਤਾ ਪੈਦਾ ਮਹੰਤ। ਮਹੰਤਾਂ ਨੇ ਫਿਰ ਉਹ ਜਾਟੀ ਮਾਰੇ, ਜਾਟੀ ਡਿਵੋਟੀ ਗਏ ਸੀਗੇ ਉੱਥੇ ਜਾਂਦੇ, ਖੱਤਰੀ ਤਾਂ ਡੱਡ ਗਿਆ ਜੋ ਤਾਂ ਮਾਰਦਾ ਹੈਗਾ ਚਤਰ ਚੜਾ ਕੇ ਕਿਨੇ, ਬਾਹਲੇ ਮਹੰਤ ਖੱਤਰੀ ਸੀਗੇ। ਤੇ ਉਹ ਜਦੋਂ ਜੱਟ ਜਾਂਦੇ ਸੀ ਉੱਥੇ, ਉਹ ਟੰਗ ਦਿੰਦੇ ਸੀ ਉਹਨਾਂ ਜਿੱਦਾਂ ਨਟਕਾਣਾ ਸਾਹਿਬ ਮਾਰੇ ਨਰੈਣਾ ਸੀਗਾ ਕੋਈ ਮਹੰਤ, ਯਾਨੀ ਕਿ ਜੱਟ ਨੇ ਆਪਣੇ ਪੈਰ ਤੇ ਕੁਹਾੜਾ ਮਾਰਿਆ, ਗਾਫਲ ਆਪਣੇ ਪੈਰ ਤੇ ਕੁਹਾੜਾ ਮਾਰਿਆ। ਫਿਰ ਉਹ ਮਨਮੁੱਖ ਦੀ ਉਹਨਾਂ ਨੇ ਦੇਣੀ ਸੀ ਮਿਸਾਲ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ, ਉਹ ਫਿਰ ਤਦ ਬੰਦਾ ਬਹਾਦਰ ਨੂੰ ਲੱਭਦੇ ਸੀਗੇ, ਉੱਧਰ ਗਏ ਸੀ, ਉਹਦੇ ਵਰਗਾ ਹੋਰ ਆਦਮੀ ਨਹੀਂ ਸੀ ਕੋਈ ਵੀ। ਉਹ ਪਹਿਲਾਂ ਤਾਂ ਸੀ ਖੱਤਰੀ ਸੀ, ਸੋਭੀ ਖੱਤਰੀ ਸੀਗਾ, ਦੂਜਾ ਸੀਗਾ ਉਹ ਜਿਹਦੇ ਤੋਂ ਸਿੱਖਦਾ ਸੀ ਨਾ ਉਹਨੂੰ ਮਾਰ ਕੇ ਉਹਦੀ ਗੱਦੀ ਤੇ ਬਹਿੰਦਾ ਹੁੰਦਾ ਸੀ, ਤੇ ਤੀਜਾ ਸੀਗਾ ਉਹ ਆਪਣੇ ਆਪਣੇ ਉਹ ਸਿੱਕਾ ਚਲਾਉਂਦਾ ਸੀਗਾ, ਯਾਨੀ ਕਿ ਮਨਮੁੱਖ ਸੀਗਾ। ਉਹਨੇ ਪਿੱਛੇ ਲਾਏ ਹੋਏ ਸੀ ਤੰਤਰ ਮੰਤਰ ਸਿੱਖ ਕੇ ਤੇ ਮਗਰ ਲਾਏ ਹੋਏ ਸੀ ਆਦਮੀ, ਤੇ ਉਹ ਸੀਗਾ ਆਪਣੇ ਪ੍ਰਿਥੀ ਚੰਦ ਦਾ ਚਮਕਿਆਰਾ ਚਮਕਾਰਾ, ਜਿੱਦਾਂ ਦਾ ਪ੍ਰਿਥੀ ਚੰਦ ਸੀ ਲਾਲਚੀ ਤੇ ਰਾਜ ਕਰਨਾ ਸਿੰਘ, ਏਦਾਂ ਹੀ ਇਹ ਬੰਦਾ ਬਹਾਦਰ ਸੀਗਾ ਰਾਜ ਕਰਨਾ ਚਾਹੁੰਦਾ ਸੀ। ਇਸੇ ਕਰਕੇ ਇਹਨੂੰ ਫਿਰ ਉੱਥੇ ਗਏ, ਉਹਦੇ ਮੰਜੇ ਤੇ ਲੇਟ ਗਏ ਤੇ ਉਹਨੇ ਆਪਣੇ ਤੰਤਰ ਮੰਤਰ ਚਲਾਏ, ਕੁਛ ਨੀ ਬਣਿਆ। ਫਿਰ ਉਹ ਜਾਣਦਾ ਸੀਗਾ ਵੀ ਇਹ ਮੇਰਾ ਉਸਤਾਦ ਹੈਗਾ, ਪਹਿਲਾਂ ਸਾਧੂਆਂ ਨੂੰ ਖਿਲਾ ਕੇ ਨਾ ਰੋਟੀ ਰਾਟੀ ਚੰਗੀ, ਫਿਰ ਉਹਨਾਂ ਮੰਜੇ ਤੇ ਬਿਠਾ ਦਿੰਦਾ ਤਾ, ਫਿਰ ਆਪਣੇ ਜਾਦੂ ਨਾਲ ਮੰਜਾ ਉੱਟ ਦਿੰਦਾ ਸੀਗਾ। ਫਿਰ ਹੱਸਦਾ ਸੀ ਕਿ ਇਹ ਜਿਹੜਾ ਸਾਧੂ ਮੇਰੇ ਨਾਲ ਜ਼ਿਆਦਾ ਜ਼ਬਰਦਸਤ ਨਹੀਂ ਹੈਗਾ, ਜ਼ੋਰ ਨਾਲ ਨਹੀਂ ਹੈਗਾ। ਤੇ ਜਦੋਂ ਉਹ ਨੀ ਨਾ ਉਲਟਿਆ, ਫਿਰ ਆ ਗਿਆ ਨਾ ਵੀ ਇਹ ਮੇਰੇ ਨਾਲ ਤਾਕਤਵਰ ਹੈਗਾ, ਇਹਦੇ ਤੋਂ ਮੈਂ ਸਿੱਖਣਾ ਹੈਗਾ, ਸਿੱਖ ਕੇ ਇਹਨੂੰ ਮਾਰ ਕੇ ਇਹਦੀ ਗੱਦੀ ਤੇ ਬੈਠਾਂਗਾ ਫਿਰ ਮੈਂ। ਫਿਰ ਉਹਨੇ ਜਿੱਦਾਂ ਕਿਹਾ, ਕਹਿੰਦਾ ਨਾਂ ਪੁੱਛਿਆ ਜਦੋਂ, ਕਹਿੰਦਾ ਜੀ ਤੁਹਾਡਾ ਬੰਦਾ ਹੈਗਾ, ਆਪਣੇ ਨਾਂ ਜਿੱਦਾਂ ਦਾ ਮੌਕਾ ਸੀ ਉਦਾਂ ਦੇ ਬਦਲ ਦਿੰਦਾ ਸੀ, ਅਪਰਚੂਨਿਟ ਸੀ ਪੂਰਾ ਪੂਰਾ ਚਤਰ ਚਲਾਕ ਸੱਚੇ ਬੰਦਾ ਬਹਾਦਰ ਜਿਹੜਾ ਸੀਗਾ ਸਾਰਿਆਂ ਨਾਲ ਵੱਡਾ ਮਕਾਰ ਤੇ ਚਤਰ ਚਲਾਕ ਤੇ ਅਨਟਰਸਟਵਰਦੀ, ਜਿਹਦੇ ਤੁਸੀਂ ਯਕੀਨ ਨਹੀਂ ਕਰ ਸਕਦੇ, ਇਸ ਨੂੰ ਲੱਭਣ ਗਏ ਸੀਗੇ। ਸੋਭੀ ਸੀ ਖੱਤਰੀ, ਜਿੱਦਾਂ ਪ੍ਰਿਥੀ ਚੰਦ ਸੋਭੀ ਖੱਤਰੀ ਸੀਗਾ, ਸੋਧੀ ਨੂੰ ਉਹਨੂੰ ਵੀ ਸੀਗਾ ਰਾਜ ਕਰਨ ਦੀ, ਇਹਨੂੰ ਵੀ ਰਾਜ ਕਰਨ ਦੀ ਸੀਗੀ ਤਮੰਨਾ। ਪਰ ਖਾਲਸਾ ਰਾਜ ਨਹੀਂ ਕਰਦਾ, ਦੁਨਿਆਵੀ ਰਾਜ ਨਹੀਂ ਕਰਦਾ, ਕਿ ਉਹ ਪੰਜਾਂ ਦੇ ਸਿਰ ਸਟੇਜ ਤੇ ਲਾਏ ਸੀਗੇ, ਇੱਕ ਦਾ ਸਿਰ ਤੇ ਦੂਜੇ ਦਾ ਧੜ ਸੀਤਾ ਸੀਗਾ। ਉਹ ਉਸਦਾ ਇਸ ਦੁਨੀਆਂ ਚ ਇੱਕ ਕੱਖ ਵੀ ਹੁੰਦਾ, ਬਾਲ ਬੱਚੇ ਸਭ ਖਤਮ ਹੋ ਜਾਂਦੇ ਉਹਦੇ ਜ਼ਮੀਨ ਜਮਾਨ, ਉਹ ਪਾਰ ਪਰਮ ਅਕਾਲ ਪੁਰਖ ਦਾ ਫੌਜ ਹੁੰਦੀ ਹੈਗੀ ਖਾਲਸਾ, ਦੁਨਿਆਵੀ ਫੌਜ ਨਹੀਂ ਹੈਗੀ। ਆਹ ਜਿਹੜਾ ਖਾਲਿਸਤਾਨ ਮੰਗਦੇ ਫਿਰਦੇ ਨੇ, ਇਹ ਬੰਦਾ ਬਹਾਦਰ ਦੇ ਚੇਲੇ ਹੈਗੇ ਨੇ ਮਨਮੁੱਖ ਦੇ, ਜੋ ਉਹਨਾਂ ਨੇ ਹਾਲਤ ਹੋਈ ਸੀਗੀ ਦਿੱਲੀ ਉਹਨਾਂ ਨੂੰ ਵੱਢਿਆ ਸੀ ਨਾ, ਇਹਦੇ ਇਹ ਵੱਢੇ ਜਾਣਗੇ, ਉਹਦੇ ਤੋਂ ਸਬਕ ਲੈ ਲੈਣੇ ਇਹੋ। ਤੇ ਬੰਦਾ ਬਹਾਦਰ ਨੂੰ ਫਿਰ ਦਿੱਤੇ ਸੀ ਸ਼ਸਤਰ, ਵੀ ਆਹ ਸ਼ਸਤਰ ਆਹ ਕੰਮ ਕਰੇਗਾ, ਆਹ ਕਰੇਗਾ, ਤੇ ਸਰਹੰਦ ਜਾ ਕੇ ਉਸ ਬਦਲਾ ਲੈ ਜਿਹੜਾ ਮਸੂਮ ਬੱਚਿਆਂ ਨੂੰ ਉਹਨੇ ਮਾਰਿਆ ਸੀਗਾ ਵਜ਼ੀਰ ਖਾਂ ਨੇ। ਜਿਹੜੇ ਸੱਚੇ ਪਾਤਸ਼ਾਹ ਸੀ ਬੱਚਿਆਂ ਲਈ ਨਹੀਂ ਸੀ, ਉਹ ਆਪਣੇ ਲਈ ਲੜਨ ਲਈ ਘੱਲਿਆ ਸੀ, ਉਹਨਾਂ ਨੇ ਇਨਸਾਫ ਲਈ, ਜਿੱਦਾਂ ਕੁਰਾਨ ਸ਼ਰੀਫ ਚ ਲਿਖਿਆ ਨਾ ਵੀ ਬੱਚੇ ਨੂੰ ਵੀ ਤੁਸੀਂ ਮਾਰ ਸਕਦੇ, ਤੇ ਇਸ ਕਰਕੇ ਉਹਨਾਂ ਨੇ ਫਿਰ ਘੱਲਿਆ ਸੀ ਉੱਥੇ ਵੀ ਜਾ ਉਹ ਜਿਹੜੇ ਸੀਗਾ ਉੱਥੇ ਸੁੱਚਾ ਆਨੰਦ ਪੂਰੀ ਖੱਤਰੀ, ਉਹਨੇ ਜੋ ਕੀਤਾ ਸੀ ਕੰਮ
ਉਹਦਾ ਵਜ਼ੀਰ ਖਾਨ ਤੋਂ ਮਰਵਾਏ ਸੀਗੇ, ਉਹ ਬਦਲ ਲੈ ਕੇ ਆ ਅਤੇ ਜਦੋਂ ਉਹਨੇ ਦੇਖਿਆ ਉਹ ਸਸਤਰ ਸਾਰੇ ਬੜੇ ਜਿੱਦਾਂ ਦੇ ਦੱਸਿਆ ਸੀ ਉੱਦਾਂ ਦੇ ਕੰਮ ਕਰਦੇ। ਉਹਨੇ ਪ੍ਰਤੱਖਿਆ ਨਾ ਜਿਹੜਾ ਜਿਹੜਾ ਆਦਮੀ ਚਰਤ ਚਲਾਕ ਹੋਵੇ, ਜਿਹੜਾ ਸੁਰਤੀ ਵਾਲਾ ਹੋਵੇ, ਉਹ ਪਰਖ ਪਰਖਦਾ ਹੈਗਾ ਚੀਜ਼ ਨੂੰ। ਜਦੋਂ ਪਰਖਿਆ ਉਹਨਾਂ ਨੂੰ ਉੱਦਾਂ ਨਿਕਲਿਆ ਜਿੱਦਾਂ ਉਹਨਾਂ ਨੇ ਦੱਸਿਆ ਸੀਗਾ। ਜਿੱਦਾਂ ਉਹਨਾਂ ਨੇ ਇਹਨੇ ਫਿਰ ਆਦਮੀ ਇਕੱਠੇ ਕੀਤੇ, ਪੈਸੇ ਦਾ ਲਾਲਚ ਨਹੀਂ ਸੀਗਾ ਇਹਨੂੰ। ਜਿੱਥੇ ਕੋਈ ਟਕਸਾਲ ਵਗੈਰਾ ਲੁੱਟਦਾ ਸੀ ਗਰੀਬਾਂ 'ਚ ਵੰਡ ਦਿੰਦਾ ਸੀ, ਉਹ ਫਿਰ ਨਾਲ ਉਹਦੇ ਤੁਰ ਪੈਂਦੇ ਸੀਗੇ। ਅਤੇ ਇੱਦਾਂ ਇਹਨੇ ਫਿਰ ਇੱਠ ਨਾ ਇੱਠ ਸਰਹੰਦ ਫੜਕਾਈ, ਫਿਰ ਇਹਦੇ 'ਚ ਆ ਗਿਆ ਉਹ ਜਿਹੜਾ ਮਨਮੁੱਖ ਹੁੰਦਾ, ਕੁੱਤੇ ਦੀ ਪੂਛ ਹੁੰਦਾ ਹੈਗਾ। ਉਹ ਆਪਣੇ ਬਾਲੋਂ ਦੇ ਜਿਹੜਾ ਨਾਲੀ 'ਚ ਪਾਏ ਸੀ ਨਾ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ, ਉਹ ਕੱਢ ਲਿਆ ਨਾਲੀ 'ਚੋਂ ਚਿਊ ਵਿੱਚ, ਅਤੇ ਪੂਛ ਆਪਣੀ ਕੱਢ ਲਈ। ਫਿਰ ਬਲ ਪਾ ਕੇ ਕੁੱਤਾ ਜਿੱਦਾਂ ਬਲ ਪਾਉਂਦਾ ਨਾ ਪੂਛ ਦੇ, ਇੱਦਾਂ ਪੂਛ ਬਣਾ ਲਈ ਇਹਨੇ। ਪੂਰੀਆਂ ਆਦਤਾਂ 'ਤੇ ਆ ਗਿਆ, ਜਿੱਦਾਂ ਮਨਮੁੱਖ ਹੁੰਦਾ ਕਿ ਆਪਣੀ ਪੂਰੀਆਂ ਆਦਤਾਂ 'ਤੇ ਗਿਆ। ਅਤੇ ਫਿਰ ਉਹਨੇ ਜਦੋਂ ਸਭ ਉਹਦੇ ਹੋ ਗਿਆ, ਰਾਜ ਉੱਥੇ ਮਿਲ ਗਿਆ ਉਹਨੂੰ, ਜਿੱਤ ਲਈਆਂ ਉਹਨੇ ਰਿਆਸਤਾਂ ਕੁਛ, ਫਿਰ ਉਹਨੇ ਦੋ ਪਠਾਨ ਇਕੱਲੇ ਜਾ ਉਹਨਾਂ ਨੂੰ ਮਾਰ ਕੇ ਆ, ਉਹਨਾਂ ਨੇ ਮਾਰੇ। ਜਦੋਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਗੁਜ਼ਰ ਗਏ, ਫਿਰ ਆਪ ਸੱਚੇ ਪਾਤਸ਼ਾਹ ਬਣ ਕੇ ਤਾਂ ਕਲਗੀ ਲਾ ਕੇ ਤਾਂ ਸਭ ਕੁਝ ਤਖ਼ਤ ਸਜਾ ਕੇ ਬਹਿ ਗਿਆ, ਆਪਣੇ ਸਿੱਕੇ ਚਲਾਉਣ ਲੱਗ ਪਿਆ, ਹੋਰ ਕਈ ਜਗੀਰਾਂ ਦੇਣ ਲੱਗ ਪਿਆ ਲੋਕਾਂ ਨੂੰ। ਸਭ ਉਹ ਹੀ ਕੀਤਾ ਜਿਹੜਾ ਮਨਮੁੱਖ ਕਰਦਾ ਹੈ, ਸ਼ੈਤਾਨ ਜਿਹੜਾ ਕਿ ਅਲਜਮਾਤ ਅਲ ਦੁਨੀਆ ਜਿਹੜਾ ਹੈਗਾ, ਇਹ ਵੱਡਾ ਸ਼ੈਤਾਨ ਹੈਗਾ, ਇਹ ਸੋਰੀ ਅਲਜਮਾਤ ਅਲ ਅਕਸਾ, ਉਹ ਜਿਹੜੇ ਨੇ ਸ਼ੈਤਾਨ ਹੈਗੇ ਨੇ। ਇਹਨਾਂ ਦਾ ਸਾਰਾ ਕੰਮ ਉੱਥੇ ਮਿਡਲ ਈਸਟ 'ਚ ਹੈਗਾ ਦੱਸਿਆ ਹੋਇਆ, ਆਹ ਹੈਗਾ ਅਲਜਮਾਤ ਅਲ ਅਕਸਾ, ਇਹ ਮਦਰੋਵਰ ਹੈਗਾ, ਸ਼ੈਤਾਨ ਇੱਥੇ ਝੁਕਿਆ ਹੋਇਆ ਹੈਗਾ। ਇਹ ਪਹਾੜੀ ਜਨੂਬੀਆਂ ਦੀ, ਇਹ ਪਹਾੜੀ ਉਹਨਾਂ ਨੇ ਢਾ ਦਿੱਤੀ, ਅੱਜ ਉਹਨੂੰ ਏਦਾਂ ਦਾ ਬੁੱਤ ਬਣਾ ਦਿੱਤਾ। ਇਹਦੇ ਦੋ ਹੈਗੇ, ਅਲਜਮਾਰ ਅਲ ਕੁਬਰਾ ਤੇ ਅਲਜਮਾਰ ਅਲ ਅਕਸਾ, ਆਹ ਹੈਗਾ ਅਲਜਮਾਰ ਅਲ ਦੁਨੀਆ, ਜਿਹੜਾ ਕਿ ਕੰਜਰੀਆਂ ਦੇ ਪੇਟਾਂ 'ਚ ਦਾਸੀਆਂ ਦੀ ਬਣੀ, ਆਹ ਹੈਗੇ ਸ਼ੇਖ। ਸ਼ੇਖ ਔਰ ਸ਼ੈਤਾਨ ਦਾ ਰੁਤਬਾ ਏਕ ਹੈ, ਉਹ ਵੀ ਹਰਾਮੀ ਹੈਗਾ। ਸ਼ੇਖ ਜਦੋਂ ਆਪਣੀ ਜਾਤ ਬਦਲੀ, ਇਹ ਵੀ ਹਰਾਮੀ, ਪਰ ਸ਼ੈਤਾਨ ਸ਼ੇਖ ਸੇ ਕਦਰੇ ਲੇਖ ਹੈ। ਸ਼ੇਖ ਨੇ ਤਾਂ ਜਾਣ ਬੁੱਝ ਕੇ ਕੀਤਾ ਨਾ, ਇਹ ਅਣਜਾਣੀ 'ਚ ਪੈਦਾ ਹੋਇਆ। ਪਰਮਾਤਮਾ ਨੇ ਜਨਮ ਦਿੱਤਾ ਉਹਨੂੰ ਇੱਕ ਦਾਸੀ ਦੇ ਘਰ, ਉਹਨੇ ਆਪ ਨਹੀਂ ਲਿਆ, ਉਹਨੇ ਫਿਰ ਸਾਰੀ ਜ਼ਿੰਦਗੀ ਪਰਮਾਤਮਾ ਦੇ ਗੁਣ ਗਾਉਣ 'ਚ ਲਾ ਦਿੱਤੀ ਅਤੇ ਇੱਕ ਵੱਡਾ ਭਗਤ ਬਣ ਗਿਆ ਬਦਰ। ਇੱਦਾਂ ਹੀ ਖਰਾਈ ਜੀਜੇ, ਜਿਹੜਾ ਜੀਜੇ ਜਿਹੜਾ ਸੀ ਉਹ ਵੀ ਕੁਆਰੀ, ਉਹ ਕੁਆਰੀ ਦੇ ਪੈਦਾ ਹੋਇਆ ਸੀਗਾ, ਉਹਦਾ ਇਸ ਜ਼ਮੀਨ 'ਚ ਕੋਈ ਤੁਲਕ ਨਹੀਂ ਸੀਗਾ, ਉਹ ਵੀ ਇੱਕ ਵੱਡਾ ਭਗਤ ਬਣ ਗਿਆ। ਚਰਚ ਦੁਨੀਆਂ 'ਚ ਹੈਗੇ ਉਹਦੇ ਸਾਰੇ, ਅਤੇ ਉਹਨੂੰ ਕਹਿੰਦੇ ਅਨੋਇਟਡ ਮਸਟਰ ਸੀਡ, ਕਹਿੰਦੇ ਉਹਨੂੰ ਮਸਟਰ ਸੀਡ ਜਿਹੜਾ ਹੈਗਾ, ਇਹਨੂੰ ਅਲਜਮਾਰ ਅਲ ਦੁਨੀਆਂ ਨੂੰ, ਆਹ ਜਿਹੜਾ ਹੈਗਾ ਇਹ ਮਸਟਰ ਸੀਡ ਹੈਗਾ, ਆਹ ਜਿਹੜਾ ਮਸਟਰ ਸੀਡ ਅਨੋਇਟਡ ਮਸਟਰ ਸੀਡ ਸੀਗਾ। ਇਹ ਦੇਖ ਲਓ ਤੁਸੀਂ ਅੱਜ ਕੱਲ੍ਹ ਜਿਹੜਾ ਹੈਗਾ ਨਾ ਦੁਨੀਆਂ 'ਚ, ਗੁਰਮੁਖ ਤੁਹਾਨੂੰ ਉਹ ਹੁੰਦਾ ਜਿਹੜਾ ਗੁਰ ਨਾਲ ਬੋਲੇ, ਜਿਹਦਾ ਮੂੰਹ ਗੁਰ ਨਾਲ ਬੋਲੇ ਉਹਨੂੰ ਗੁਰਮੁਖ ਕਹਿੰਦੇ। ਗੁਰ ਹੁੰਦਾ ਤਰੀਕਾ, ਢੰਗ, ਜਾਂ ਆਪਾਂ ਕਹੀਦਾ ਗੁਰ ਨਾਲ ਚੱਲ ਰਹੇ, ਗੁਰ ਨਾਲ ਬਾਤ ਕਰ, ਲੋਜੀਕਲੀ ਕਰ। ਜਿੱਦਾਂ ਕਿ ਜੰਮਿਆ ਜੱਟ ਮਰੇਗਾ ਵੀ ਜੱਟ ਹੀ ਨਾ, ਸਿੱਖ ਤਾਂ ਨਹੀਂ ਨਾ ਮਰੇਗਾ। ਜਦੋਂ ਤੁਸੀਂ ਕਹੋਗੇ ਵੀ ਸਿੱਖ ਜੱਟ ਜੰਮਿਆ ਜੱਟ ਮਰਿਆ, ਇਹ ਹੈਗਾ ਗੁਰਮੁਖ ਦਾ। ਜਿਹੜਾ ਮਨਮੁੱਖ ਹੈਗਾ ਉਹ ਕਹੇਗਾ ਮਰੇ ਜੀ ਸਿੱਖ ਮਰੇ, ਪਗੜੀ ਬਣ ਲਈ ਤੇ ਦਾੜੀ ਨਾਲ ਸਿੱਖ ਬਣ ਗਿਆ। ਏਦਾਂ ਦੇ ਜਿਹੜੇ ਸੀ ਨਾ ਉਹ ਪਹਾੜ ਇਹਨਾਂ ਜਨੂਨੀਆਂ ਦਾ ਬਣ ਜਾਂਦਾ ਹੈਗਾ। ਪਗੜੀ ਬਣਾ ਦਿੱਤੀ ਤੇ ਦਾੜੀ ਲਿਖਾ ਦਿੱਤੀ ਤੁਸੀਂ ਜੀ, ਉਹ ਖਾਲਸੇ ਹੈਗੇ ਆ, ਤੇ ਖੂਬ ਉਹਨਾਂ ਦਾ ਪਹਾੜ ਬਣਾ ਕੇ ਉਹਨਾਂ ਨੂੰ ਲੜਾਉਂਦੇ ਤੇ ਤਬਾਹੀ ਕਰਾਉਂਦੇ ਨੇ।
ਤੇ ਉਹਨਾਂ ਦਾ ਕੋਈ ਹੱਕ ਨਹੀਂ ਇਸ ਦੁਨੀਆਂ ਤੇ ਰਹਿਣ ਦਾ। ਤੇ ਤੁਸੀਂ ਦੇਖੋਗੇ ਕਿੱਦਾਂ ਇਹ ਜਿਹੜੇ ਅੰਮ੍ਰਿਤਸਰ ਦੇ ਹੈਗੇ ਨਾ, ਭੂਤਰੇ ਹੋਏ ਨੇ, ਖਾਲਿਸਤਾਨ ਵਗੈਰਾ ਮੰਗਦੇ ਫਿਰਦੇ ਨੇ। ਜਦੋਂ ਇੰਡੀਆ ਪਾਕਿਸਤਾਨ ਲੜਾਈ ਲੱਗੀ, ਇਹਨਾਂ ਦਾ ਮਾਝਾ ਹੋਣਾ ਹੈਗਾ, ਮਾਝਾ ਮੈਦਾ, ਸੋਰੀ ਮਾਝਾ ਮੈਦਾ, ਦੁਆਬਾ ਦਲੀਆ, ਮਾਲਵਾ ਦੋ ਪਹਾੜ। ਤੇ ਜਿਹੜਾ ਹਰਿਆਣੇ ਚ ਹੈਗੇ ਨੇ ਜੱਟ, ਜਾਟੀ ਕਲਵਾਉਂਦੇ ਨੇ, ਉੱਥੇ ਕੁਛ ਨੀ ਹੋਣਾ। ਉਹਨਾਂ ਨੇ ਜੱਟ ਤੇ ਉਹਨਾਂ ਨੇ ਹੱਥ ਰੱਖਣਾ ਉੱਪਰ, ਉਧਰ ਵੀ ਜੱਟ ਪਾਕਿਸਤਾਨ ਤੇ ਉਹ ਵੀ ਜੱਟ, ਉਹਨਾਂ ਨੇ ਇੱਕ ਦੂਜੇ ਨੂੰ ਪਛਾਣ ਲੈਣਾ ਹੈਗਾ ਤੇ ਉਹ ਜੱਫੀਆਂ ਪਾਉਣਗੇ। ਪਰ ਜਿਹੜੇ ਉਹ ਜਿਹੜੇ ਹੈਗੇ ਸਿੱਖ ਬਣੇ ਹੋਏ ਨੇ, ਪਗੜੀ ਰੱਖ ਕੇ ਤਾਂ ਆਪਣੇ ਖਾਲਸੇ ਖਿਲਾਉਂਦੇ, ਕੁਛ ਖਿਲਾਉਂਦੇ ਨੇ, ਆਪਣੀ ਜਾਤ ਭੁੱਲ ਗਏ ਨੇ ਨਾ, ਉਹ ਮਾਰੇ ਜਾਣਗੇ। ਵੀ ਉਹ ਬੀਜ ਪੱਤ ਲੈ ਗਏ ਆਪਕੇ ਉਗਲੇ ਦਾਲ। ਤੇ ਇਹ ਹੈਗੀ ਰਾਮ ਕਹਾਣੀ। ਲਾਲਾ ਮਾਧੋ ਦਾਸ ਉਹ ਬੰਦਾ ਬਹਾਦਰ ਮਨਮੁੱਖ ਖਾਲਸਾ, ਜਿਹੜੇ ਤੱਥ ਖਾਲਸਾ ਸੀਗੇ ਉਹਨਾਂ ਨੂੰ, ਉਹਨਾਂ ਦੇ ਹੱਥ ਸੀਗਾ ਪਾਰ ਬ੍ਰਹਮ ਦਾ, ਅਕਾਲ ਪੁਰਖ ਦਾ। ਉਹ ਆਪਣੇ ਮਜ਼ੇ ਲੁੱਟਦੇ ਸੀ, ਉਹਨਾਂ ਨੂੰ ਕੋਈ ਨਹੀਂ ਸੀ ਕੋਈ ਆਂਚ। ਉਹ ਇਨਸਾਫ ਕਰਦੇ ਸੀਗੇ ਤੇ ਉਹਨਾਂ ਪੈਸੇ ਪੂਸੇ ਚ ਨਹੀਂ ਲੈਂਦੇ ਸੀਗੇ। ਕਪੂਰਥਲੇ ਦੀ ਰਿਆਸਤ ਜਿਹੜੀ ਸੀਗੀ, ਨਵਾਬ ਕਹਿੰਦਾ ਸੀ ਆਹ ਰਿਆਸਤ ਲੈ ਲਓ ਤੇ ਤੁਸੀਂ ਇੱਥੇ ਵਸੋ, ਤੁਸੀਂ ਮੇਰੇ ਹਕੂਮਤ ਚ ਦਖਲ ਅੰਦਾਜ਼ੀ ਨਾ ਕਰੋ। ਉਹਨਾਂ ਨੇ ਕਿਹਾ ਅਸੀਂ ਨਹੀਂ ਲੈਣੀ ਬਈ, ਇਹ ਸਾਡਾ ਕੰਮ ਨਹੀਂ ਹੈਗਾ, ਸਾਡਾ ਇੱਥੇ ਦੁਨੀਆਂ 'ਚ ਕੋਈ ਚੀਜ਼ ਇੱਕ ਡੱਕਾ ਵੀ ਨਹੀਂ ਸਾਡਾ, ਇਸੀ ਰਿਆਸਤ ਕਿੱਦਾਂ ਲੈ ਲਈ ਇੱਥੇ ਵੀ। ਉਹਨੇ ਕਿਹਾ ਜਿਹੜਾ ਲੈ ਕੇ ਆਇਆ ਸੀ ਉਹ ਕਹਿੰਦਾ ਸੀ ਦੇ ਕੇ ਆਏ। ਉਹਨੇ ਕਿਹਾ ਜਿਹੜਾ ਲੇਜ ਚੱਕਦਾ ਨਾ ਘੋੜਿਆਂ ਦੀ, ਇਹ ਦੁਨਿਆਵੀ ਆਦਮੀ ਹੈਗਾ, ਇਹਨੂੰ ਦੇ ਦੇ। ਫਿਰ ਉਹਨੇ ਫਿਰ ਉਹਨੂੰ ਰਿਆਸਤ ਦਿੱਤੀ ਜੀ ਘੋੜੇ ਚੱਕਣਾ ਲੰਗੀ ਦੀ, ਜਿਹੜਾ ਚੱਕਦਾ ਸੀਗਾ। ਇਹ ਹੈਗਾ ਖਾਲਸਾ, ਤੱਥ ਖਾਲਸਾ, ਇਹਨੂੰ ਆਂਚ ਨਹੀਂ ਹੈਗੀ। ਜਬ ਤੱਕ ਰਹੇ ਨਿਆਰਾ, ਜਬ ਤੱਕ ਰਹੇ ਖਾਲਸਾ ਨਿਆਰਾ, ਤਬ ਤੱਕ ਮੇਰੀ ਸਾਰੀ ਤਾਕਤ ਜਿਹੜੀ ਉਹਨਾਂ ਚ ਹੈਗੀ। ਜਦੋਂ ਤੇ ਨਿਆਰਾ ਨਹੀਂ ਹੈਗਾ, ਜਿੱਦਾਂ ਬੰਦਾ ਬਹਾਦਰ ਦੇ ਮਗਰ ਲੱਗ ਗਏ ਨਾ, ਜਿੱਦਾਂ ਉਹ ਕਹਿੰਦਾ ਸੀ ਓਦਾਂ ਹੀ ਕਰਦੇ ਸੀਗੇ, ਉਹਨਾਂ ਕੋਈ ਅਕਲ ਨਹੀਂ ਸੀਗੀ। ਇੱਕੋ ਸੀ ਵੀ ਪੈਸਾ ਸਾਨੂੰ ਮਿਲੇਗਾ ਤੇ ਆਹ ਮਿਲੇਗਾ। ਉਹ ਫਿਰ ਉਹ ਖੂਹ ਮਾਰੇ ਗਏ ਸੀਗੇ। ਇਸ ਕਰਕੇ ਨਿਆਰੇ ਬਣੋ, ਹਰ ਇੱਕ ਹਿਸਾਬ ਨੇ ਆਪਣਾ ਹਿਸਾਬ ਕਿਤਾਬ ਪਾਰ ਬ੍ਰਹਮ ਨੂੰ ਖੁਦ ਦੇਣਾ ਹੈਗਾ। ਆਹ ਜਿਹੜੇ ਹੈਗਾ ਰਾਧਾ ਸਵਾਮੀ ਵਗੈਰਾ ਹੈਗੇ ਨੇ, ਇਹ ਸਾਰੇ ਕੰਜਰ ਹੈਗੇ ਨੇ, ਉਹ ਅਡਲਟਰ ਕੰਜਰ, ਰੂਹਾਨੀ ਕੰਜਰ, ਜਿਹਨੇ ਕਿ ਦੋਹਾਂ ਨੂੰ ਕਾਬੂ ਕੀਤਾ ਹੈਗਾ। ਇੱਦਾਂ ਹੀ ਜਿਹੜਾ ਹੈਗਾ ਰਾਧਾ ਸਵਾਮੀ, ਇਹ ਵੀ ਕੰਜਰ। ਇਹ ਸਾਰੇ ਜਿਹੜੇ ਹੈਗੇ ਨੇ ਆਰਗੇਨਾਈਜੇਸ਼ਨ ਹੈਗੀ ਨਾ, ਡੇਰੇ ਡੂਰੇ ਹੈਗੇ, ਸਾਰੇ ਕੰਜਰਾਂ ਦੇ ਹੈਗੇ ਨੇ। ਇਹਨੂੰ ਰੂਹਾਨੀ ਕੰਜਰ ਕਹਿੰਦਾ ਹੈਗਾ। ਪੂਰੀ ਯਾਦਕਾਰੀ ਕਰਨ ਲਈ ਤੁਸੀਂ ਨਿਊ ਟੈਸਟਾਮੈਂਟ ਖੋਲੋ ਬਾਈਬਲ ਦਾ, ਉਹਦੇ 'ਚ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਾਈਆਂ ਨੇ ਉਹ ਪ੍ਰੋਮਿਸ ਲੈਂਡ ਦੇ ਹਿਸਾਬ ਨਾਲ ਸਮਝਾਈਆਂ ਨੇ। ਜਿਹੜੇ ਪ੍ਰੋਫਿਟ ਆਏ ਨੇ ਉੱਥੇ, ਜਿਹੜੇ ਉੱਥੇ ਕ੍ਰਾਈ ਵੀਜ਼ ਆਇਆ, ਉਸ ਹਿਸਾਬ ਨਾਲ ਉਹਨੇ ਸਾਰੀਆਂ ਚੀਜ਼ਾਂ ਬੋਲੀਆਂ ਨੇ ਆਪਣੇ ਮੂੰਹ 'ਚੋਂ, ਤਾਂ ਕਿ ਲੋਕਾਂ ਨੂੰ ਸਮਝ ਆ ਜਾਵੇ। ਜੇ ਤੁਹਾਡੇ ਨਿਊ ਟੈਸਟਾਮੈਂਟ ਸਮਝ ਨਹੀਂ ਨਾ ਪੈਂਦਾ ਤਾਂ ਸਿੱਖੀ ਨਹੀਂ ਤੁਹਾਨੂੰ ਕੁਛ ਪਤਾ ਲੱਗਣਾ। ਪਹਿਲਾ ਸਤਿਗੁਰੂ ਜਿਹੜਾ ਦੁਨੀਆਂ 'ਚ ਆਇਆ ਉਹ ਜੀਜੇ ਸੀਗਾ, ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਹੈਗਾ। ਦੂਜਾ ਜਿਹੜਾ ਸੈਕਿੰਡ ਕੰਮ ਹੈਗਾ ਉਹ ਨਾਨਕ ਹੈਗਾ। ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਸੀ ਪਵਿੱਤਰ, ਉੱਥੇ ਸੀਗਾ ਬ੍ਰਹਮਾ ਦਾ ਮੰਦਰ, ਜਿੱਥੇ ਜੁਡਾ ਅਸਕੈਰੀਓਟ ਨੇ 30 ਸਿੱਕੇ ਸਿੱਟੇ ਸੀ ਜਦੋਂ ਜੀਜੇ ਨੂੰ ਮਾਰ ਦਿੱਤਾ ਸੀ ਨਾ, ਉਹ ਗਿਆ ਟੈਂਪਲ ਉਹਨਾਂ ਨੂੰ ਵਾਪਸ ਕਰ ਰਹੇ। ਇਹ ਤਾਂ ਬਲੱਡ ਮਨੀ ਬਣ ਗਈ, ਮੈਂ ਨਹੀਂ ਲੈਣੀ ਇਹ। ਉਹ ਟੈਂਪਲ ਵਾਲੇ ਕਹਿੰਦੇ ਸੀ ਗੱਲੇ 'ਚ ਨਹੀਂ ਪਾ ਸਕਦੇ, ਇਹ ਬਲੱਡ ਮਨੀ ਹੈਗੀ, ਇਹ ਤੇਰੀ ਓਨੈਸਟ ਨਹੀਂ ਹੈਗੀ। ਉਹ ਫਿਰ ਜਦੋਂ ਉਹਨੇ ਨਾ ਕਰ ਦਿੱਤੀ ਟੈਂਪਲ ਵਾਲਿਆਂ ਨੇ, ਫਿਰ ਉਹ ਟੈਂਪਲ ਇੱਕ ਸਿੱਟੇ ਆਇਆ। ਟੈਂਪਲ ਸੀਗਾ ਯਾਵੇ ਦਾ, ਬ੍ਰਹਮਾ ਦਾ, ਬ੍ਰਹਮਾ ਹੈਗਾ ਨਾ ਆਹ ਜਿਹਨੇ ਭਾਂਡਾ ਬਣਾਇਆ,
ਉਹਨੂੰ ਬ੍ਰਹਮਾ ਨੂੰ ਕਹਿੰਦੇ ਪੋਟਰ ਘੁਮਿਆਰ ਇਸ ਲਈ ਉਹਨਾਂ ਨੇ ਇੱਕ ਫੀਲਡ ਖਰੀਦਿਆ ਪੋਟਰ ਫੀਲਡ ਅਤੇ ਦੂਜਾ ਸੀਗਾ ਉੱਥੇ ਹਰਿਮੰਦਰ ਜਿਹਦੇ ਆਲੇ ਦੁਆਲੇ ਪਰਦਾ ਹੁੰਦਾ ਸੀਗਾ ਉਹ ਉਹਨਾਂ ਨੇ ਲੁਕੋ ਕੇ ਇਸ ਕਰਕੇ ਰੱਖਿਆ ਸੀਗਾ ਪਰਦਾ ਕਿਉਂ ਇਹ ਹੈਗਾ ਜਿੱਦਾਂ ਨਾ ਸਕ੍ਰਿਪਚਰ ਹੈਗੀ ਜਿਹੜੀ ਲਿਖੀ ਹੋਈ ਹੈਗੀ ਆਦਮੀਆਂ ਦੀ ਲਿਖੀ ਹੋਏਗੀ ਉਹਦੀ ਜਿਹੜੀ ਜੜ ਹੈਗੀ ਦਰਖਤ ਦੀ ਉਹ ਹੈਗੀ ਨਾਮ ਉਹ ਨਾਮ ਜਿਹੜਾ ਹੈਗਾ ਉਹ ਹੈਗਾ ਸ਼ਬਦ ਸ਼ਬਦ ਮਿਲਾਵਟ ਹੋਵੇ ਅਤੇ ਇਸ ਕਰਕੇ ਉਹ ਜੜ ਜੜ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਉਹ ਪਾਪ ਬ੍ਰਹਮ ਅਤੇ ਮੇਰਾ ਨਾਮ ਅਤੇ ਜਦੋਂ ਤਾਂ ਇੱਥੇ ਇਹ ਰਾਮਾਈ ਚੰਗੇ ਸੀਗੇ ਉਦੋਂ ਉਹਨਾਂ ਨੂੰ ਫਿਰ ਨਾਮ ਦਿੰਦੇ ਸੀਗੇ ਜਿੱਦਾਂ ਸੀਗੇ ਸਮੈਰੀਟਨ ਰਾਬਾਈ ਸੀਗੇ ਉਹ ਚੰਗੇ ਸੀਗੇ ਉਹਨਾਂ ਨੇ ਜੋ ਆਪਣੇ ਜਿਹੜੇ ਉਹਨਾਂ ਦੇ ਡਿਸਾਈਪਲ ਸੀ ਨਾ ਚੇਲੇ ਉਹਨਾਂ ਨੂੰ ਉਹ ਨਾਮ ਦਿੰਦੇ ਸੀਗੇ ਸਮੈਰੀਟਨ ਵੂਮਨ ਦੀ ਵੈਲ ਜਿਹੜੇ ਸੀਗੇ ਨੇ ਉਹਨੇ ਪੰਜ ਜਿਹੜੇ ਸੀ ਨਾ ਆਦਮੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹਨੇ ਵਸ ਕੀਤੇ ਹੋਏ ਸੀ ਸਾਰੇ ਉਹਨਾਂ ਉੱਤੇ ਕਬਜ਼ਾ ਕੀਤਾ ਸੀ ਅਤੇ ਜਿਹੜੇ ਕਿ ਕਿਤਾਬੀ ਕੀੜੇ ਨੇ ਕਹਿੰਦੇ ਉਹਦੇ ਵਿੱਚ ਇੱਕ ਪਾਪੜ ਸੀਗੀ ਕੰਜਰੀ ਜਿਹੜਾ ਇੱਕ ਆਦਮੀ ਛੱਡ ਕੇ ਦੂਜਾ ਆਦਮੀ ਕਰ ਲੈਂਦੀ ਸੀਗੀ ਇਹ ਹੈਗਾ ਇਹਨਾਂ ਦਾ ਗਿਆਨ ਜਿਹੜਾ ਵੈਸਟ ਹੈਗਾ ਅਤੇ ਉਹਨੂੰ ਜਿਹੜੇ ਹੈਗੇ ਈਸਟ ਵਿੱਚ ਕਹਿੰਦੇ ਨੇ ਰਸ਼ੀਆ ਵੱਲ ਉਹ ਸੀਗੀ ਸੈਂਟ-ਫੋਟੀਨਾ ਸੰਤ ਸੀਗੀ ਅਤੇ ਇਹ ਜਿਹੜਾ ਹੈਗਾ ਮੈਂ ਇੰਗਲੈਂਡ ਵਿੱਚ ਰਹਿੰਦਾ ਆਕਸਫੋਰਡ ਯੂਨੀਵਰਸਿਟੀ ਜਾਂਦਾ ਹੈਗਾ ਉਹਨਾਂ ਨੂੰ ਉਹ ਸੈਂਟ-ਫੋਟੀਨਾ ਦਾ ਪਤਾ ਹੀ ਨਹੀਂ ਕੌਣ ਸੀਗੀ ਇਹ ਜਿਹੜਾ ਹੈਗਾ ਇੰਗਲੈਂਡ ਵਿੱਚ ਪੈਸਾ ਲੈ ਕੇ ਆਏ ਲੋਕਾਂ ਤੋਂ ਬਾਹਰ ਨੂੰ ਲੁੱਟ ਲੱਗ ਕੇ ਹੁਣ ਜਿਹੜਾ ਪੈਸਾ ਲੁੱਟ ਕੇ ਲਿਆਏ ਨੇ ਇਹਨਾਂ ਨੂੰ ਨਾਮ ਕਿੱਥੋਂ ਮਿਲ ਜਾਏ ਯਾਨੀ ਕਿ ਜਿਹੜਾ ਹਰਾਮ ਦਾ ਮਾਲ ਖਾਣ ਵਾਲੇ ਹੈਗੇ ਨੇ ਉਹ ਜਿਹੜੇ ਲੋਕ ਹਰਾਮ ਦਾ ਮਾਲ ਖਾਣ ਵਾਲੇ ਨੇ ਜਿੱਦਾਂ ਸਵੀਡਨ ਹੋਇਆ ਸਵਿਸ ਬੈਂਕ ਵਿੱਚ ਲੋਕ ਪੈਸੇ ਰੱਖ ਦਿੰਦੇ ਜਦੋਂ ਮਰ ਜਾਂਦਾ ਫਿਰ ਉਹ ਖਾ ਪੀ ਜਾਂਦੇ ਨੇ ਲੁੱਟ ਲੁੱਟ ਲੈਂਦੇ ਉਹਨਾਂ ਦੀ ਗਰੀਬਾਂ ਦਾ ਸਾਰਾ ਮਾਲ ਉਹਨਾਂ ਨੂੰ ਨਾਮ ਨਹੀਂ ਮਿਲਦਾ ਨਾਮ ਉਹਨਾਂ ਨੂੰ ਮਿਲਦਾ ਜਿਹੜੇ ਇਮਾਨਦਾਰ ਹੈਗੇ ਨੇ ਜਿੱਦਾਂ ਕਿ ਰਸ਼ੀਆ 'ਚ ਹੈਗੇ ਨੇ ਹੋਰ ਈਸਟਰਨ ਕੰਟਰੀ 'ਚ ਹੈਗੇ ਨੇ ਉਹਨਾਂ ਨੂੰ ਪਤਾ ਉਹ ਸੈਂਟ-ਫੋਟੀਨਾ ਸੀਗੀ ਅਤੇ ਆਹ ਹੈਗਾ ਨਾ ਜਿਹੜਾ ਆਹ ਹੈਗਾ ਜਿਹੜਾ ਤਾਪਰੂਪ ਆਹ ਹੈਗੀ ਸਕ੍ਰਿਪਚਰ ਜਿਹੜਾ ਤੁਸੀਂ ਦੋ ਅੱਖਾਂ ਨਾਲ ਪੜ੍ਹ ਸਕਦੇ ਹੈ ਜਿੱਦਾਂ ਹੈਗਾ ਆਦ-ਗ੍ਰੰਥ ਜਿਹੜਾ ਹੈਗਾ ਇਹ ਧੋਤੀ ਬਾਣੀ ਸੀਗੀ ਇੱਕ ਤੰਬੂ 'ਚ ਆਪ ਬੈਠੇ ਸੀਗੇ ਸਤਿਗੁਰੂ ਅਰਜਨ ਦੇਵ ਜੀ ਦੂਏ 'ਚ ਭਾਈ ਗੁਰਦਾਸ ਜੀ ਭਾਈ ਗੁਰਦਾਸ ਕਹਿੰਦਾ ਕਿ ਤੁਹਾਡੇ ਤੰਬੂ 'ਚ ਹੋਰ ਆਉਂਦੀ ਆਵਾਜ਼ ਆਉਂਦੀ ਹੋਰਾਂ ਦੀ ਵੀ ਆਵਾਜ਼ਾਂ ਆਉਂਦੀਆਂ ਨੇ ਉਹ ਕਹਿੰਦਾ ਭਾਈ ਹਰ ਇੱਕ ਭਗਤ ਖੁਦ ਆ ਕੇ ਆਪਣੀ ਬਾਣੀ ਬੋਲਦਾ ਹੈਗਾ ਅਤੇ ਤੂੰ ਲਿਖਦਾ ਹੈਗਾ ਇਹ ਨਾ ਕਹਿਣ ਵੀ ਅਰਜਨ ਨੇ ਲਿਖਾਈ ਜੀ ਇਹ ਤਾਂ ਹੋਈ ਧੋਤੀ ਬਾਣੀ ਆਪ ਉਹ ਫਿਰ ਸਾਈਨ ਕਰ ਦਿੰਦੇ ਸੀ ਫਿਰ ਉਹਨਾਂ ਨੇ ਜਿਹੜੇ ਸੀਗੇ ਪਾਏਦਾਰ ਸਿੱਖ ਜੱਟ ਸੀਗੇ ਜ਼ਿਆਦਾ ਉਹਨਾਂ ਨੂੰ ਘੱਲਿਆ ਸੀ ਜਾਓ ਇਹਦੀ ਜਿੱਦ ਬਣਾ ਕੇ ਲਿਆਓ ਉਹਨਾਂ ਜਾਂਦਿਆਂ ਜਾਂਦਿਆਂ ਨੇ ਇੱਕ ਉਤਾਰਾ ਹੋਰ ਕਰ ਲਿਆ ਅਤੇ ਦੋ ਪੇਸ਼ ਕਰ ਦਿੱਤੀਆਂ ਇੱਕ ਜੀ ਆਹ ਤਾਂ ਤੁਸੀਂ ਜਿਹੜੀ ਸਾਨੂੰ ਦਿੱਤੀ ਸੀ ਆਪ ਲਿਖੀ ਹੋਈ ਤੁਹਾਡੀ ਭਾਈ ਗੁਰਦਾਸ ਦੀ ਆਹ ਇੱਥੇ ਉਤਾਰਾ ਕਰ ਲਿਆ ਹੈਗਾ ਜਿਹੜਾ ਉਤਾਰਾ ਕੀਤਾ ਸੀ ਉਹ ਤੁਰਕੀ ਬਾਣੀ ਨਹੀਂ ਨਾ ਸੀਗੀ ਉਹਨੂੰ ਕਹਿੰਦੇ ਸਕ੍ਰਿਪਚਰ ਸਕ੍ਰਿਪਚਰ ਵੇਦ ਕਚੈਮ ਕਹੋ ਮਤ ਝੂਠਾ ਝੂਠਾ ਉਹ ਨਾ ਵਿਚਾਰੇ ਇਸ ਵਿੱਚ ਆ ਜਾਂਦਾ ਵੇਦ ਕਚੈਮ ਆਦ-ਗ੍ਰੰਥ ਕਹੋ ਮਤ ਝੂਠੇ ਝੂਠਾ ਉਹ ਜੇ ਨਾ ਵਿਚਾਰੇ ਇਹ ਆਦ-ਗ੍ਰੰਥ ਵੀ ਉਹਨਾਂ 'ਚ ਆ ਜਾਂਦਾ ਫਿਰ ਵੇਦ ਕਚੈਮ ਵਿੱਚ ਸਕ੍ਰਿਪਚਰ ਇਹ ਖੱਤਰੀਆਂ ਨੇ ਆਪਣੇ ਡੇਰਾ ਫੇਰੀ ਕੀਤੀ ਇਹਦੇ 'ਚ ਰਸੌਂਤ ਨਾ ਕਿ ਜਗ੍ਹਾ ਕੀਤਾ ਇੱਕ ਜੇ ਪਰ ਇੱਕ ਵਰਕੇ 'ਤੇ ਇਹਨੇ ਪਾਰਾ ਮਾਰਨ ਦਾ ਨੁਸਖਾ ਲਿਖਿਆ ਹੈਗਾ 200 ਸਫ਼ੇ ਸਾਫ਼ ਕੀਤੇ ਵੇਲੇ ਇਹਦੇ 'ਚ ਅਤੇ ਜਿਹੜੇ ਮੀਰਾ ਪਾਈ ਦੇ ਸਲੋਕ ਸੀ ਉਹ ਵੀ ਕੱਢ ਦਿੱਤੇ ਜਿਹੜੀ ਹੈਗੀ ਅਸਲ ਬੀੜ ਹੈਗੀ ਅੱਜ ਤੁਹਾਨੂੰ ਜੇ ਚਾਹੀਦੀ ਹੈਗੀ ਉਹ ਹੈਗੀ ਜਿਹੜੀ
ਖਾਰੀ ਬੀੜ ਜਿਹਨੂੰ ਕਹਿੰਦੇ ਨੇ ਭਾਈ ਮਾਗਰ ਦੀ, ਉਹ ਖਾਰੀ ਬੀੜ ਜਿਹੜੀ ਅੱਜ ਅਸਲ ਬੀੜ ਹੈਗੀ, ਇਹ ਸਭ ਨਕਲ ਪਾਤੀ ਇਹਨਾਂ ਨੇ, ਜਿਹੜੀ ਅਸਲ ਸੀਗੀ ਉਹਦੇ ਵਿੱਚ ਵੀ ਇਹਨਾਂ ਹੇਰਾ ਫੇਰੀਆਂ ਕਰ ਦਿੱਤੀਆਂ। ਇਹ ਜਿਹੜੀ ਕਰਤਾਰਪੁਰ ਵਾਲੀ ਬੀੜ ਸੀਗੀ, ਉਹ ਜਿਹੜੇ ਅਕਾਲੀ ਦਸ ਹੋਰ ਕਹਿੰਦੇ ਸੀ, ਜਿਹੜੀਆਂ ਆਪਣੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀਆਂ ਕਹਿੰਦੇ ਸਾਡੇ ਇਹ ਗੁਰਦੁਆਰਾ ਸਾਡੇ ਹੇਠ ਹੋਣਾ ਚਾਹੀਦਾ ਹੈਗਾ। ਫਿਰ ਉਹ ਡਿਪਟੀ ਕਮਿਸ਼ਨਰ ਜਿਹੜਾ ਜਲੰਧਰ ਸੀ ਨਾ, ਉਹਨੇ ਫਿਰ ਇਹ ਬੀੜ ਮੰਗਵਾਈ ਸੀ ਆਪਣੇ ਦਫ਼ਤਰ, ਉੱਥੇ ਪ੍ਰੋਫੈਸਰ ਜੋਤ ਸਿੰਘ ਤੇ ਟਰੰਪ ਨੇ ਇੱਕ ਇੱਕ ਸਫ਼ਾ ਕਰਕੇ ਇਹਦੀ ਛਾਣਬਣ ਕੀਤੀ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈਗੀ ਕਰਤਾਰਪੁਰ ਬੀੜ ਦੇ ਦਰਸ਼ਨ, ਉਹ ਮਿਲ ਜਾਂਦੀ ਪਟਿਆਲਾ ਯੂਨੀਵਰਸਿਟੀ ਦੀ, ਉਹ ਪੜ੍ਹੋ ਤੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਇਸ ਕਰਕੇ ਜੋ ਲਿਖਿਆ ਹੋਇਆ ਨਾ, ਉਹ ਮਤ ਉਹਦੇ 'ਤੇ ਜਾਓ, ਧੋਤੀ ਬਾਰੇ ਧੋਣੇ ਮਿਲੇਗੀ, ਲਿਖੀ ਹੋਈ ਨਹੀਂ ਮਿਲਦੀ, ਇੱਥੇ ਹੇਰਾ ਫੇਰੀਆਂ ਕੀਤੀਆਂ ਹੋਈਆਂ ਨੇ। ਆਹ ਹੈਗਾ ਆਪਣੇ ਸਾਹਿਬ ਸਿੰਘ ਦਾ ਟੀਕਾ ਹੈਗਾ, ਇਹ ਹਰ ਨੂੰ ਹਰੀ ਕਹੀ ਜਾਂਦਾ ਹੈਗਾ, ਹਰੀ ਦਾ ਹੈਗਾ ਹਰੀ ਓਮ ਸ਼ਾਂਤੀ, ਉੱਥੋਂ ਤਾਂ ਬਣਿਆ ਹੈਗਾ ਹਰ ਏਕਮਕਾਰ, ਹਰ ਹਰ ਜਿਹੜਾ ਹੈਗਾ ਹਰ ਏਕਮਕਾਰ ਪੜ੍ਹਨਾ ਇਹਨੂੰ, ਏਕਮਕਾਰ ਨਹੀਂ ਪੜ੍ਹਨਾ ਇਹਨੂੰ। ਜੇ ਤੁਸੀਂ ਏਕਮਕਾਰ ਪੜ੍ਹੋਗੇ ਤੁਹਾਨੂੰ ਫਿਰ ਹਰ ਦਾ ਨਹੀਂ ਪਤਾ, ਹਰੀ ਓਮ ਸ਼ਾਂਤੀ ਦੇ ਹਰ ਏਕਮਕਾਰ ਦੇ ਫਿਰ ਤੁਹਾਨੂੰ ਫਰਕ ਨਹੀਂ ਪਤਾ ਪੜ ਲੱਗਣਾ। ਇਸ ਕਰਕੇ ਹਮੇਸ਼ਾ ਸੋਚ ਕੇ ਪੜ੍ਹੋ। ਲੇਕਿਨ ਅੱਜ ਤਾਂ ਦੁਨੀਆਂ ਆਪਣੇ ਧੰਦਿਆਂ 'ਚ ਤੇ ਪੈਸਾ ਕਮਾਉਣ 'ਚ ਲੱਗੀ ਹੋਏਗੀ, ਪਾਰ ਬ੍ਰਹਮ ਦੀ ਮਾਇਆ ਕੋਈ ਨਹੀਂ ਚਾਹੁੰਦਾ। ਇਸ ਲਈ ਕੋਟਨ ਮੇਂ ਏਕ ਸਿੱਖ ਹੁੰਦਾ ਹੈਗਾ, ਆਮ ਨਹੀਂ ਹੁੰਦੇ ਸਿੱਖ, ਉਹੀ ਹੁੰਦਾ ਜਿਹਨੂੰ ਪਾਰ ਬ੍ਰਹਮ ਖੁਦ ਆਪਣੀ ਸੇਵਾ 'ਚ ਲਾਉਂਦਾ ਹੈਗਾ, ਅਤੇ ਉਹ ਬਹੁਤ ਘੱਟ ਹੈਗੇ ਨੇ। ਖੱਤਰੀ ਹੈ ਛਤਰ ਚਲਾਕ ਹੈਗੇ ਨੇ, ਅਤੇ ਮੈਂ ਇੱਕ ਨੂੰ ਖੱਤਰੀ ਨੂੰ ਘਰ ਦਿੱਤੀਆਂ ਸੀ 10 ਕਿਤਾਬਾਂ ਵੀ, ਜੋ ਉਹ ਸੀਗਾ ਆਪਣੇ ਸੂਰਤ 'ਚ, ਉਹ ਮੈਨੂੰ ਕਹਿੰਦਾ ਵੀ ਉੱਥੇ ਘਰ ਦਿਓ ਅਸੀਂ ਲਾਇਬ੍ਰੇਰੀ 'ਚ ਰੱਖਦੀਆਂ ਨੇ। ਮੈਂ ਕਿਹਾ ਚੰਗਾ, ਮੈਂ ਦੇਤੀ ਆ ਘਰ। ਜਦੋਂ ਪੁੱਛਿਆ ਵੀ ਕਿਤਾਬ ਮਿਲ ਗਈਆਂ ਤਾਂ ਕੋਈ ਜਵਾਬ ਨਹੀਂ ਹੈਗਾ। ਅਤੇ ਜਦੋਂ ਆਪਣੇ ਲੁਧਿਆਣਾ ਉੱਥੇ ਹੈਗਾ ਜਮਲ ਪਬਲੀਕੇਸ਼ਨ, ਮੈਂ ਕਿਹਾ ਜੱਟ ਹੈਗਾ ਇਹ ਛਾਪ ਦੂਗਾ ਕਿਤਾਬ, ਉਹਨੂੰ 7000 ਦੀਆਂ ਦਿੱਤੀਆਂ ਵੀ ਆ ਛਾਪੀ, ਅਤੇ ਉਹਨੂੰ ਉਹ ਕਹਿੰਦਾ ਮੈਂ 5000 ਨਾਲ ਆਪਣੇ ਰਸਾਲੇ ਨਾਲ ਘੱਲ ਦਿਆਂਗਾ ਐਗਰੀਕਲਚਰ ਦੇ, ਅਤੇ 2000 ਮੈਨੂੰ ਦੇ ਦਿੱਤੀਆਂ, ਪੈਸੇ ਲੈ ਲਏ 7000 ਅਤੇ ਨਾਲ ਪੋਸਟੇਜ ਵੀ ਲੈ ਲਈ 5000 ਦੀ, ਜਾਣੀ ਕਿ ਮੇਰਾ ਕੋਈ 2500 ਆਇਆ ਸੀ ਖਰਚਾ। ਅਤੇ ਜਦੋਂ ਉਹਨੂੰ ਪੁੱਛਿਆ ਵੀ ਮੈਨੂੰ ਤਾਂ ਕਿਸੇ ਦਾ ਕੋਈ ਆਉਂਦਾ ਨਹੀਂ ਆ, ਕਿਸ ਕਹਿੰਦਾ ਜੀ ਬਸ ਇੱਥੇ ਲੋਕ ਇੱਦਾਂ ਹੀ ਹੈਗੇ ਨੇ, ਉਹ ਜਵਾਬ ਨਹੀਂ ਦਿੰਦੇ ਕਿਸੇ ਨੂੰ, ਇੱਦਾਂ ਹੀ ਹੈਗੀ ਕੰਟਰੋਵਰਸ਼ਲ ਮੇਰੀ ਕਿਤਾਬ ਸੀਗੀ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ, ਇਹ ਹੈਗੇ ਲੁਟੇਰੇ, ਇਹ ਜੱਟ ਹੈਗਾ, ਜੇ ਜੱਟ ਹੀ ਇੱਦਾਂ ਦੇ ਲੁਟੇਰੇ ਤਾਂ ਖੱਤਰੀਆਂ ਤੋਂ ਕੀ ਭਾਲਦੇ ਆ। ਇਸ ਕਰਕੇ ਕੋਈ ਕੋਈ ਵਿਰਲਾ ਕੋਈ ਹੁੰਦਾ ਜੱਟ ਜਿਹੜਾ ਓਨੈਸਟ ਹੋਏਗਾ ਅਤੇ ਉਹ ਇਸ ਨੂੰ ਅਪਣਾਏਗਾ, ਜੇ ਅਪਣਾਉਣ ਨਾਲ ਹੈ ਤਾਂ ਮੈਨੂੰ ਉਹ ਨਾਲ ਮੇਰੇ ਨਾਲ ਗੱਲਬਾਤ ਕਰੇ, ਮੈਂ ਉਹਨੂੰ ਹੋਰ ਵੀ ਦੱਸਾਂਗਾ ਆਦਮੀ ਜਿਹੜੇ ਉੱਥੇ ਹੈਗੇ ਇੰਡੀਆ 'ਚ 2-4, ਉਹਨਾਂ ਨਾਲ ਰਲ ਕੇ ਅਤੇ ਪ੍ਰਚਾਰ ਕਰੋ ਆਪਣੀ ਜਿਹੜੀ ਹੈਗੀ ਆਪਣੀ ਜਿਹੜਾ ਹੈਗਾ ਸਾਲਵੇਸ਼ਨ ਮੁਕਤੀ ਉਹ ਕਮਾਓ। ਜਿੱਦਾਂ ਭਾਈ ਮਾਈ ਭਾਗੋ ਨੇ ਕਿਹਾ ਸੀ, ਜੇ ਉੱਥੇ ਤੁਸੀਂ ਮਰਦੇ, ਮਰਨਾ ਤਾਂ ਉੱਦਾਂ ਵੀ ਸੀਗਾ, ਜੇ ਤੁਸੀਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੌਕਰੀ 'ਚ ਮਰਦੇ ਤਾਂ ਤੁਹਾਨੂੰ ਮੁਕਤੀ ਮਿਲ ਜਾਣੀ ਸੀ। ਫਿਰ ਮਾਈ ਭਾਗੋ ਜਦੋਂ ਜ਼ਖਮੀ ਸੀਗੀ ਤਾਂ ਨਾਲ ਉਹ ਲੈ ਗਏ ਸੀਗੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਆਪਣੇ ਨਾਲ, ਉਹਨੂੰ ਅੰਮ੍ਰਿਤ ਨਹੀਂ ਛਕਾਇਆ, ਅੰਮ੍ਰਿਤ ਸਿਰਫ ਆਦਮੀਆਂ ਨੂੰ ਛਿੰਦਾ, ਜੇ ਸ਼ਿਵਾ ਵਰ ਮੋਵੇ ਜਿਹੜੇ ਸ਼ਿਵਾ ਦੇ ਪੁੱਤਰ ਹੈਗੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ, ਜਿਹੜੇ ਸ਼ਿਵਾ ਦੇ ਪੁੱਤਰ ਹੈਗੇ ਆਦਮੀ ਦੇ ਪੁੱਤਰ ਸ਼ਿਵਾ ਹੈਗਾ ਜਿਹੜਾ ਆਪਣਾ ਪ੍ਰਿਮੋਡੀਅਲ ਐਦਮ ਆਦਮ, ਆਹ ਜਿਹੜਾ ਹੈਗਾ ਨਾ ਅੱਜ ਉੱਥੇ ਕਾਬਾ ਹੈਗਾ, ਕਾਬਾ ਸ਼ਿਵਾ ਦਾ ਮੰਦਰ ਹੈਗਾ, ਉੱਥੇ ਅੱਲਾ ਦਾ ਕੋਈ ਚੌਲਕ ਨਹੀਂ ਹੈਗਾ, ਅੱਲਾ ਦੀ ਮਸੀਤ ਹੁੰਦੀ ਹੈਗੀ,
12 ਤੋਂ 16 ਸਾਲ ਦੇ ਮੁੰਡਿਆਂ ਲਈ ਹੁੰਦਾ ਸੀ ਹੱਜ, ਉਹਨੂੰ ਸੱਜੇ ਹੱਥ ਰੱਖਦੇ ਸੀਗੇ ਕਾਬਾ ਨੂੰ। ਅੱਜ ਇਹ ਹੈਗਾ ਜਿਹੜਾ ਉਹਨੂੰ ਸ਼ਰੀਕਤ ਦਾ ਕਹਿੰਦੇ ਨੇ। ਆਹ ਅੱਜ ਜਿਹੜਾ ਕੰਮ ਹੈਗਾ ਦਿਲ 'ਤੇ ਜਿਹੜਾ ਕਰੀਦਾ ਅੱਜ, ਉਹ ਤਰੀਕਤ ਦਾ ਹੁੰਦਾ ਹੈਗਾ, ਯਾਨੀ ਕਿ ਅਸੀਂ ਕਿਸੇ ਨਾਲ ਨਪੱਖ ਨਹੀਂ ਕਰਾਂਗੇ, ਅਸੀਂ ਹੱਕ ਲਾਲ ਹੱਕ ਕਰਾਂਗੇ, ਸੱਚ ਬੋਲਾਂਗੇ। ਉਹਨੂੰ ਫਿਰ ਦਿਲ ਨੂੰ ਸੱਜੇ ਹੱਥ ਰੱਖ ਕੇ ਆਦਮੀ ਚੱਕਰ ਲਾਉਂਦਾ ਹੈਗਾ, ਉਹ ਜ਼ਮੀਨ 'ਤੇ ਲਾਏ ਫਿਰਦੇ ਨੇ, ਉਹਨੂੰ ਕਾਬੇ ਨੂੰ ਖੱਬੇ ਹੱਥ ਰੱਖ ਲੈਂਦੇ ਵੀ ਅਸੀਂ ਆਪਣੇ ਕਬੀਲੇ ਦੀ ਨਹੀਂ ਕਰਾਂਗੇ। ਉਹਦੇ 'ਚ ਹੁੰਦਾ ਕਬੀਲੇ ਦਾ ਬਣਨਾ, ਇਹਦੇ 'ਚ ਕਬੀਲਾ ਛੱਡਣਾ। ਉਲਟੀ ਉਲਟਾ ਹੱਜ ਕਰੀ ਜਾਂਦੇ ਉੱਥੇ ਬੜੇ ਮਜ਼ੇ ਨਾਲ, ਬੜਾ ਸੋਹਣਾ ਚੱਲੀ ਜਾਂਦਾ ਕੰਮ। ਇਹ ਹੈਗਾ ਦੁਨੀਆਂ ਦੀ ਕਾਰੋਬਾਰ। ਇਹ ਸਬਕ ਕਿਤਾਬਾਂ 'ਚੋਂ ਨਹੀਂ ਮਿਲਦਾ, ਇਹ ਇੱਥੋਂ ਮਿਲਦਾ ਹੈਗਾ ਦਿਲੋਂ। ਜੇ ਤੁਸੀਂ ਲੌਜੀਕਲੀ ਥਿੰਕ ਕਰੋਗੇ ਤਦ ਤੁਹਾਨੂੰ ਪਾਰ ਬ੍ਰਹਮ ਦੇਵੇਗਾ। ਬਥੇਰਾ ਬੋਲ ਲਿਆ ਹੁਣ ਮੈਂ, ਅਤੇ ਅੱਗੇ ਤੁਹਾਡੀ ਮਰਜ਼ੀ। ਮੇਰੀ ਰਾਮ ਰਾਮ। ਇਹ ਜਿਹੜਾ ਇੱਕ ਮਿਲਦਾ ਹੈਗਾ ਬਲ ਰਾਮ ਜੀਓ, ਉਹਦੇ ਬਲ ਨਾਲ ਮਿਲਦਾ ਰਾਮ ਦੇ, ਜਿਹੜਾ ਰਾਮ ਹੈਗਾ ਜਿਹੜਾ ਅੰਦਰ ਰਾਮ ਰਿਹਾ ਹੈਗਾ, ਅਤੇ ਰਾਮ ਦਾ ਚੰਦ ਜਿਹੜਾ ਸੀਗਾ ਉਹ ਰਾਮ ਚੰਦਰ ਸੀਗਾ, ਜਿਹੜਾ ਇੱਥੇ ਮਰਿਆਦਾ ਲਈ ਸੀ ਰਾਮ ਚੰਦਰ ਜੀ। ਰਾਮ ਦੀ ਮਰਿਆਦਾ ਇੱਥੇ, ਰਾਮ ਰਾਮ ਚੰਦਰ ਜੀ ਇੱਥੇ, ਰਾਮ ਜਿਹੜਾ ਅੰਦਰ ਰਾਮ ਰਿਹਾ ਹੈਗਾ। ਚਲੋ ਜੀ, ਇਹ ਜਿਹੜੀ ਹੈਗਾ ਅੰਤਰ ਜਿਹੜਾ ਸੀਗਾ, ਅੰਤਰ ਸਤਿਗੁਰੂ ਰਾਜੀਏ ਜੀਵਾ ਜਪੇ ਨਾਮ, ਇਹ ਹਰਿਮੰਦਰ ਹੈਗਾ। ਹਰਿਮੰਦਰ ਉਹ ਜਿੱਥੋਂ ਹਰ ਜਾਤਾ, ਹਰਿਮੰਦਰ ਦਾ ਜਿਹੜਾ ਪੁਜਾਰੀ ਹੈਗਾ ਉਹਨੂੰ ਕਹੀਦਾ ਸਤਿਗੁਰੂ। ਇਸ ਕਰਕੇ ਜਿਹੜਾ ਦਿਲ 'ਤੇ ਹੈਗਾ ਨਾ, ਉਹ ਫਿਰ ਸਤਿਗੁਰੂ ਹੈਗਾ, ਉਹਨੂੰ ਕਹਿੰਦੇ ਇਨਰ ਮੈਨ। ਬਾਕੀ ਬਹੁਤ ਸਾਰਾ ਹੈਗਾ, ਤਾਂ ਇੱਥੇ ਵੀ ਹੈਗਾ ਆਹ ਜਿਹੜਾ ਨਾ ਬਣਾਇਆ ਇਹਦੇ ਰਾਮ ਰਾਜੇ ਦਾ ਹੈਗਾ। ਇੱਥੇ ਲੋਕੀ ਹੈਗੇ ਥੱਲੇ ਜਿਹੜੇ ਮੁੱਲਾਂ ਤੋਂ ਜਾਂ ਪੰਥਾਂ ਤੋਂ ਪੜ੍ਹਦੇ ਨੇ, ਜਿਹੜਾ ਫਿਰ ਪਾਪ ਬ੍ਰਹਮ ਦੀ ਸੁਰਤੀ ਲੈਣਾ ਚਾਹੁੰਦਾ, ਉਹ ਫਿਰ ਆਪਣੀ ਹੋਮੇ ਮਾਰ ਕੇ ਉਹਨੂੰ ਅੰਦਰ ਜਾਣਾ ਪੈਂਦਾ। ਉਹ ਸਤਿਗੁਰੂ ਅੰਗਦ ਦੇਵ ਜੀ ਨੇ ਮਾਰੀ ਸੀਗੀ ਉਹਨਾਂ ਨੂੰ, ਫਿਰ ਰਾਮ ਰਾਜ ਇੱਥੇ ਵਾੜਿਆ ਸੀਗਾ। ਤੇ ਹੋਮੇ ਮਾਰਨ ਲਈ ਉਹਨਾਂ ਨੂੰ ਕੁਸ਼ਤੀਆਂ ਕਰਾਈਆਂ, ਸਭ ਕੁਛ ਕਰਦੇ। ਉਹ ਬੱਚੇ ਉਹਨਾਂ ਨੇ ਮਾਰ ਕੇ ਭੰਡੇ, ਉਹ ਗਾਗਰਾ ਭੰਨ ਦਿੰਦੇ ਸੀਗੇ, ਪਰ ਕੌੜਾ ਬੱਚਾ ਨਹੀਂ ਸੀ ਬੋਲਦੇ। ਕੁੱਟ ਕੁੱਟ ਕੇ ਉਹਨਾਂ ਨੇ ਹੋਮੇ ਉਹਨਾਂ ਦੀ ਮਾਰੀ, ਫਿਰ ਉਹ ਰਾਮ ਰਾਜ ਵਿੱਚ ਵਾੜ ਕੇ ਉਹਨਾਂ ਨੂੰ ਸਤਿਗੁਰੂ ਅਮਰਦੇਵ ਜੀ ਜਾਤ ਪੜਾਏ। ਲਓ ਜੀ, ਕੁਆਰੀਆਂ ਬਾਲਕ ਛੋਟੀਆਂ ਕੁਆਰੀਆਂ ਸੁਹਾਗਨਾ, ਉਹਨਾਂ ਨੇ ਫਿਰ ਹੁਣ ਤੁਹਾਨੂੰ ਹੋਸ਼ ਆ ਗਈ ਹੈਗੀ, ਪਾਪ ਬ੍ਰਹਮ ਦੀ ਏਕ ਪਿਥਮ ਏਕ ਪਿਥਾ ਬਾਰੇ ਕੁਛ ਹੈ। ਹੁਣ ਤੁਸੀਂ ਇੱਕ ਦੂਜੇ ਨਾਲ ਪਿਆਰ ਕਰਨਾ ਹੈਗਾ, ਇਹਨੂੰ ਕਹਿੰਦੇ ਨੇ ਪ੍ਰੇਮ, ਇਹਨੂੰ ਕਹਿੰਦੇ ਅਗੈਪੇ ਅਗੈਪੇ। ਜਿਹੜਾ ਆਹ ਕਰਨਾ ਹੁੰਦਾ ਇਹਨੂੰ ਕਹਿੰਦੇ ਐਰੋਜ ਪਿਆਰ, ਇਹ ਪਿਆਰ ਹੈਗਾ ਉਹ ਹੈਗਾ ਪ੍ਰੇਮ, ਇੱਕ ਦੂਜੇ ਦੇ ਪ੍ਰੇਮੀ ਬਣੋ। ਤੇ ਉਹਨਾਂ ਨੇ ਫਿਰ ਉਹ ਪ੍ਰੇਮੀ ਬਣਾ ਕੇ ਉਹਨਾਂ ਨੂੰ ਫਿਰ ਸਮਝਾਇਆ ਵੀ ਹੁਣ ਤੁਹਾਨੂੰ ਸੋਚੀ ਹੈ ਮਾਇਆ ਵੱਲ ਨਾ ਜਾਓ, ਹੁਣ ਤੁਸੀਂ ਪਾਪ ਬ੍ਰਹਮ ਦੇ ਨੂੰ ਕਰੋ। ਫਿਰ ਸਤਿਗੁਰੂ ਰਾਮਦਾਸ ਜੀ ਦੇ ਫੜਾਏ ਵੀ ਤੁਸੀਂ ਸੇਵਾ ਕਰੋ ਲੋਕਾਂ ਦੀ, ਦਾਸ ਬਣ ਕੇ ਹੁਕਮ ਨਾ ਕਰੋ, ਤੇ ਫਿਰ ਤੁਹਾਨੂੰ ਪਾਪ ਬ੍ਰਹਮ ਦੇ ਮਿਲੇਗਾ। ਦਾਸ ਬਣ ਕੇ ਪੱਕੇ ਬਣਾਇਆ। ਫਿਰ ਸਤਿਗੁਰੂ ਅਰਜਨ ਦੇਵ ਜੀ ਤਾਂ ਖੁਦ ਆਪ ਹੀ ਚਿੱਤ ਬਿਰਤੀ ਦੇ ਸਿੱਖ ਬਣ ਗਏ ਨਾ। ਹੋਮੇ ਮਾਰੀ ਸਤਿਗੁਰੂ ਅੰਗਦ ਦੇਵ ਜੀ ਨੇ, ਮਨ ਮਾਰਿਆ ਸਤਿਗੁਰੂ ਅਮਰਦੇਵ ਜੀ ਨੇ, ਬੁੱਧੀ ਮਾਰੀ ਜਿਹੜੀ ਕਿ ਆਹ ਮਮਤਾ, ਮੇਰੇ ਉੱਚੇ ਉੱਚੇ ਪਹਾੜ ਹੈ, ਮੇਰੇ ਘਰ ਹੈਗੇ, ਮਾਇਆ ਲੈਗੇ, ਮੇਰੀ ਇੰਨੀ ਵਿਆਪਤ ਹੈਗੀ, ਮਮਤਾ ਮਾਰੀ ਸਤਿਗੁਰੂ ਰਾਮਦਾਸ ਜੀ ਨੇ। ਫਿਰ ਚਿੱਤ ਬਿਰਤੀ ਚ ਉਹਨਾਂ ਨੂੰ ਸਤਿਗੁਰੂ ਅਰਜਨ ਦੇਵ ਜੀ, ਹਰ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਪਹਿਲੇ ਸੱਚੇ ਪਾਤਸ਼ਾਹ ਸਨ। ਉਹਨਾਂ ਨੇ ਸਿੱਖ ਦੂਜਾ ਪੰਥ ਹੈਗਾ, ਖਾਲਸਾ ਤੀਜਾ ਹੈਗਾ। ਜਿਹੜੀ ਚੀਜ਼ ਖਾਲਸੇ ਨੇ ਕਰਨੀ ਗੀ
ਉਹ ਸਿੱਖ ਨੇ ਉਲਟੀ, ਖਾਲਸੇ ਨੇ ਕਿਰਪਾਨ ਬੋਲੀ ਹੈਗੀ, ਸਿੱਖ ਨੇ ਸੇਵਾ ਕਰਨੀ, ਜਿੱਦਾਂ ਭਾਈ ਘਨੱਈਆ ਜੀ ਸਿੱਖ ਸਨ, ਖਾਲਸੇ ਆਪਣੀ ਕਿਰਪਾਨ ਬੋਲਦੇ ਸੀਗੇ। ਜਿੰਨਾ ਜਿਹੜਾ ਆਦਮੀ ਤੁਸੀਂ ਪੜ੍ਹਿਆ, ਹਮ ਹਿੰਦੂ ਨਹੀਂ ਹੈ ਨਾ, ਇਹ ਖੱਤਰੀਆਂ ਦਾ ਲਿਖਿਆ, ਇਹ ਜਿਹੜੀ ਚੀਜ਼ ਹੈ ਤੁਹਾਨੂੰ ਆਮ ਲੋਕ ਨੂੰ ਨਹੀਂ ਸਮਝ ਪੜੇਗੀ। ਹੁਣ ਜਿਹੜਾ ਹੁੰਦਾ ਹਿੰਦੂ ਹੁੰਦਾ ਹੈਗਾ, ਉਹਦੇ ਚ ਬਾਹਮਣ ਜਿਹੜਾ ਹੈਗਾ ਉਹਦੀ ਹੋਮੇ ਉੱਚੀ ਕਰਦਾ ਹੈਗਾ, ਹੋਮੇ ਉੱਚੀ ਕਰਦਾ, ਮੈਂ ਹੂੰ ਮੈਂ ਹੂੰ, ਯਾਨੀ ਕਿ ਆਪਣਾ ਵੀ ਜਿਹੜਾ ਹੈਗਾ, ਮੈਂ ਜਿੱਦਾਂ ਜੱਟ ਹੈਗਾ, ਕੋਈ ਝੂੜਾ ਕੋਈ ਛਮਾਰ ਹੈਗਾ, ਉਹਨੂੰ ਹੋਮੇ ਨੂੰ ਉੱਚੀ ਕਰਦਾ ਹੈਗਾ। ਤੇ ਪਾਪਰਾ ਵਿੱਚ ਹੋਮੇ ਬੀਜ ਨਹੀਂ ਹੈਗੀ, ਜਲਾਉਣੀ ਹੈਗੀ, ਉਲਟਾ ਕੰਮ, ਇਹਨੂੰ ਕਹਿੰਦੇ ਉਲਟੀ ਪਈ। ਉੱਥੇ ਫਿਰ ਤੁਹਾਡਾ ਏਕ ਪਿਤਾ ਹਮ ਬਾਰੇ ਕੁਛ ਕੀ ਹੋ ਜਾਂਦਾ, ਇੱਥੇ ਆਪਣਾ ਥੱਲੇ ਹਰ ਇੱਕ ਦਾ ਆਪਣਾ ਆਪਣਾ ਮਾਂ ਪਿਓ। ਇਹ ਹੈਗਾ ਆਪਣੇ ਸਾਰਾ ਗਿਆਨ ਬਹੁਤ ਹੈਗਾ, ਜੇ ਕਿਸੇ ਨੂੰ ਹੈ ਇਹਦੇ ਚ ਇੰਟਰਸਟ ਹੈਗਾ ਨਾ, ਉਹ ਮੇਰੇ ਨਾਲ ਕਰੇ ਤੇ ਮੈਂ ਤੁਹਾਨੂੰ ਦੱਸਾਂਗਾ ਬਾਕੀ ਚੀਜ਼ਾਂ।